ਕੀ ਗੱਲ ਹੋਈ ਪਹਿਲਾਂ ਕੌਣ ਆਇਆ ਨਹੀਂ ਭਾਜੀ ਪੁੱਛੋ ਪਹਿਲਾਂ ਆਇਆ ਪਹਿਲਾਂ ਉਹ ਕਬੱਡੀ ਆਇਆ ਜੋ ਸੂਨ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ ਲੈ ਦੋਨੋਂ ਉਦੋਂ ਬਾਅਦ ਕੇਂਦਰੀ ਆ ਨੌਜਵਾਨ ਨੇ ਸਿਰਾ ਕੀਤਾ ਸਾਰੇ ਬਾਰੇ ਬਿੰਦੂ ਦੀ ਖੋਪ ਹੈ ਪਰ ਕਹਿੰਦੇ ਨੇ ਮਕੋਦਰ ਵੱਲੋਂ ਧੰਨ ਧੰਨ ਕਰਾਈ ਆ ਪਿਛਲੇ ਸਾਲ ਕਹਿੰਦੇ ਬਈ ਸਿਹਤ ਜਾ ਰਹੇ ਸੀ ਇਸ ਕਰਕੇ ਕਬੱਡੀ ਤੋਂ ਦੂਰ ਹੁਣ ਫਿਰ ਖੇਡ ਮੈਦਾਨਾਂ ਵਿੱਚ ਕਹਿੰਦੇ ਬਈ ਯੂਰਨੇ ਦੀ ਧਰਤੀ ਦੇ ਪੱਲੇ ਵੱਲੋਂ ਕਰਾਈ ਨੌਜਵਾਨ ਨੇ ਇਸੇ ਸਾਲ ਮੋਨੂ ਨਾਮ ਇਸ ਵੇਲੇ ਉਦੋਂ ਵਾਲ ਦੀ ਧਰਤੀ ਦਾ ਸੈਂਪਲ ਪਹਿਲਾ ਨੰਬਰ ਜਿਹੜਾ ਖੇਡ ਮੈਦਾਨ ਦੇ ਵਿੱਚ ਬਾਈ ਅਫਸਰ ਰੁੜਕਾ ਕਲਾਂ ਦੇ ਸੋਰੀ ਥਾਬਲਕੇ ਦੀ ਟੀਮ ਦੇ ਲਈ ਜੋੜਦਾ ਹੋਇਆ ਤੇ ਇੱਧਰ ਅੰਤਰ ਹੈ ਜਨੇਤਪੁਰ ਦੀ ਧਰਤੀ ਮੇਰੇ ਵੀਰੋ ਅਮਰੂ ਦਾ ਛੋਟਾ ਵੀਰ ਲਓ ਧਰਤੀ ਮਾਂ ਨੂੰ ਟੇਕ ਲੱਖਾ ਇਹ ਸਾਹਮਣੇ ਚੱਲਿਆ ਕਬੱਡੀ ਪਾਉਣ ਦੇ ਲਈ ਚਾਰ ਜਾਫੀ ਸਾਹਮਣੇ ਸਾਊਂਡ ਵਾਲਾ ਥੋੜਾ ਜਿਹਾ ਕੰਮ ਸੈੱਟ ਜਿਹਾ ਕਰ ਗਿਆ ਆਖਰੀ ਵਾਲ ਮੈਚ ਆ ਬਈ ਬੜੀ ਵਧੀਆ ਸਾਊਂਡ ਆ ਤੇ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਵੇਖਦਾ ਵੀ ਅਗਰ ਸਾਡੇ ਕੰਡੋਲਾ ਕਲਾਂ ਵਾਲੇ ਕੀਰਤ ਭਾਜੀ ਵਾਲੀ ਪ੍ਰਧਾਨ ਸੰਘ ਕਮੇਟੀ ਆਪਣੇ ਸਾਥੀਆਂ ਦੇ ਨਾਲ ਪੁੱਜੇ ਆ ਬਹੁਤ ਬਹੁਤ ਧੰਨਵਾਦ ਇੱਧਰ ਆ ਜਾਓ ਭਾਜੀ ਸਟੇਜ ਤੇ ਬਹੁਤ ਬਹੁਤ ਧੰਨਵਾਦ ਸਾਡੇ ਜਿੰਨੇ ਵੀ ਭਾਜੀ ਹੋਣੇ ਆਏ ਆ ਸਾਰੇ ਇੱਥੇ ਪਹੁੰਚਣ ਦੇ ਮੈਂ ਧੰਨਵਾਦ ਕਰਦਾ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਕਹਿੰਦੇ ਨੇ 12 ਤਰੀਕ ਨੂੰ ਵੱਡਾ ਛਿੰਝ ਮੇਲਾ ਕੰਡੋਲਿਆਂ ਦੀ ਧਰਤੀ ਦੇ ਦੁਨੀਆਂ ਦੇ ਪੱਤੇ ਮਾਲਵਾ ਟੀਵੀ ਤੇ ਜਿਸੇ ਪੱਟੀ ਵਰਗੇ ਕਹਿੰਦੇ ਵੀਡੀਓ ਜੰਮੂ ਵਰਗੇ ਬਹੁਤ ਜ਼ਬਰਦਸਤ ਕੁਸ਼ਤੀ ਹੋਈ ਹੈ ਪਰ ਲਓ ਉਧਰ ਬੰਟੀ ਟੁੱਦੇ ਵਾਲਾ ਛਪਾਰ ਦੇ ਵਿੱਚ ਕਹਿੰਦੇ ਨੇ ਮੋਟਰਸਾਈਕਲ ਦਾ ਜੇਤੂ ਬਣਿਆ ਮੁੰਡਾ ਤੇ ਆਹ ਵੇਖੋ ਸਾਹਮਣੇ ਪੁੱਲ ਉਹ ਹੈ ਇੰਦਗੜ ਦੀ ਧਰਤੀ ਦਾ ਪਰ ਪੁਆਇੰਟ ਇਸ ਵੇਲੇ ਬੰਟੀ ਟੁੱਦੇ ਬਣਦਾ ਆਪਣੀ ਟੀਮ ਨੂੰ ਜੋੜਦਾ ਹੋਇਆ ਲਓ ਖੇਡ ਮੈਦਾਨ ਦੇ ਵਿੱਚ ਮੈਂ ਦੇਖਦਾ ਬਈ ਬਈ ਦਰਸ਼ਕ ਵੀਰੋ ਉਹਨੂੰ ਪਿਸਤੌਲ ਕਹਿੰਦੇ ਆ ਪਿਸਤੌਲ ਪੂਰਤ ਵੀ ਆ ਮੁੰਡਾ ਪਿਸਤੌਲ ਆ ਜਿਹੜਾ ਹੁਣ ਕਬੱਡੀ ਪਾ ਰਿਹਾ ਬਾਬੀ ਸਾਹਿਬ ਭਿੰਡਰ ਕਲਾਂ ਦੀ ਧਰਤੀ ਦਾ ਮੌਸਾ ਵਾਲਾ ਜਗਤਾਰ ਉਸੇ ਧਰਤੀ ਦਾ ਜੰਪਲ ਦਾ ਭਤੀਜਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਤੇ ਦੂਜੇ ਪਾਸੇ ਪੰਮਾ ਲਓ ਫਤਿਹਪੁਰ ਦੀ ਧਰਤੀ ਦਾ ਵਾਹ ਨਹੀਂ ਉਰੀਸਾ ਗੱਭਰੂ ਦੀਆਂ ਆ ਪੁਆਇੰਟ ਜਿਹੜਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਪਿਸਤੌਲ ਭਿੰਡਰ ਕਲਾਂ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਚੱਲ ਸੋਨੂ ਛੱਪਾ ਕਬੱਡੀ ਮਹਿੰਦਰ ਮਾਰ ਦੇ ਲਈ ਕਹਿੰਦੇ ਬਈ ਮੁੰਡਾ ਇੰਗਲੈਂਡ ਖੇਡਿਆ ਤੇ ਆਹ ਮੁੰਡਾ ਕਹਿੰਦੇ ਬਈ ਲਾਲੀ ਢੇਸੀ ਦੇ ਲਈ ਟੋਰਾਂਟੋ ਦੇ ਏਰੀਆ ਦੇ ਵਿੱਚ ਖੇਡਿਆ ਵੈਨਕੂਵਰ ਦੇ ਵਿੱਚ ਖੇਡਿਆ ਤੇ ਕਹਿੰਦੇ ਬਈ ਪਹਿਲੇ ਸਾਲ ਹੀ ਬੱਲੇ ਬੱਲੇ ਕਰਾਈ ਆ ਫਿਰ ਥੋੜ੍ਹੀ ਜਿਹੀ ਸੱਟ ਲੱਗੀ ਥੋੜ੍ਹਾ ਜਿਹਾ ਪਿੱਛੇ ਹਟਿਆ ਤੇ ਫਿਰ ਦੁਬਾਰਾ ਖੇਡ ਮੈਦਾਨਾਂ ਦੇ ਵਿੱਚ ਵਰਤਿਆ ਤੇ ਇਸ ਵੇਲੇ ਬਹੁਤ ਹੀ ਵਧੀਆ ਖੇਡ ਮੈਦਾਨ ਦੇ ਵਿੱਚ ਪ੍ਰਦਰਸ਼ਨ ਜਿਹੜਾ ਉਹਨਾਂ ਖਿਡਾਰੀਆਂ ਦਾ ਚੱਲ ਵੇ ਨੌਜਵਾਨਾਂ ਪਾ ਕਬੱਡੀ ਹਾਂ ਕਿਆ ਬਾਤ ਹੈ ਬਹੁਤ ਵਧੀਆ ਸਾਹਮਣ ਤੇ ਲਓ ਸਾਹਮਣੇ ਚਾਰ ਰੰਬੀਬੀ ਪਿੰਡ ਹੈ ਮੁੰਡੇ ਦਾ ਕਹਿੰਦੇ ਬਈ ਸਰਵਣ ਬਲ ਵੀ ਉਸੇ ਪਿੰਡ ਦਾ ਜੰਪਲ ਜਦੋਂ ਕਬੱਡੀ ਖੇਡਦਾ ਸੀ ਤੇ ਪੰਜ ਦਿੱਤੇ ਵਾਲੇ ਮਹਿੰਦਰ ਬੋਲੇ ਦੇ ਨਾਲ ਟੱਕਰ ਹੁੰਦੀ ਸੀ ਕਹਾਵਤ ਪ੍ਰਸਿੱਧ ਹੈ ਵੀ ਸਰਵਣਾ ਦਮ ਪਾ ਤੈਨੂੰ ਬੋਲਾ ਉਡੀਕਦਾ ਤੇ ਉਸੇ ਪਿੰਡ ਦਾ ਕਹਿੰਦੇ ਬਈ ਜੌਲ ਬਲ ਪਰਿਵਾਰ ਦਾ ਉਧਰ ਸਾਡੇ ਰਾਜਵੀਰ ਦੇ ਮਾਮਾ ਜੀ ਕਹਿੰਦੇ ਨੇ ਰਾਜਵੀਰ ਜਿੰਨੇ ਜੱਫੇ ਲਾਊਗਾ ਹਰ ਜੱਫੇ ਤੋਂ 500 ਦਿੱਤਾ ਜਾਵੇਗਾ ਦੀਪਾ ਮਾਮਾ ਜੀ ਤੇਰੇ ਹੋਏ ਧੰਨਵਾਦ ਉਧਰ ਫਰਵਾਲੇ ਵਾਲਾ ਮੇਲ ਬੂਟਾ ਤੇ ਮੇਲ ਕਹਿੰਦੇ ਬਈ ਆਪਣੇ ਸਮੇਂ ਬਿਹਤਰੀਨ ਕਬੱਡੀ ਖੇਡੀ ਹੈ ਤੇ ਮੈਂ ਮੰਗਵਾਈ ਆ ਤਾਰੀ ਬਲਿਹਾਰ ਬੁੱਧੂ ਤੇ ਨਾਲ ਜਗਤਾਰ ਲੰਬੜ ਭੈਣੇ ਵਾਲਾ ਤਾਰੀ ਕੰਗਾ ਵਾਲਾ ਬਹੁਤ ਤਕੜੇ ਖਿਡਾਰੀ ਹੋਏ ਆ ਰਾਮਾ ਕੇਲਿਆਂ ਵਾਲਾ ਜੱਫਾ ਵੀ ਖੇਡਿਆ ਪਾਸਲੇ ਵਾਲੇ ਮੀਕੇ ਦੇ ਨਾਲ ਬੱਲੇ ਬੱਲੇ ਹੋਈ ਪਰ ਇਧਰਲੇ ਪਾਸੇ ਅੰਤਰ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੈਂ ਵੇਖਦਾ ਫਿਰ ਵਧਿਆ ਹੋਇਆ ਕਿ ਬਦਨ ਗੁੰਦਿਆ ਸਰੀਰ ਵਿੱਚ ਜਾਨ ਹੋਵੇ ਨਾਲ ਚਾਹੀਦਾ ਇਰਾਦਾ ਮਜ਼ਬੂਤ ਲੋਕੋ ਗੇਮ ਸਿਧਰ ਦੀ ਸਿੱਖ ਕੇ ਕੋਚ ਕੋਲੋ ਜਿਵੇਂ ਚਮੜੇ ਨੂੰ ਸੁਧਾਰੇ ਕੁਲਬੂਤ ਲੋਕੋ ਲਓ ਆਇਆ ਪਿੰਡੂ ਮੇਰੇ ਵੀਰੋ ਸਿੰਚੇਵਾਲ ਦੀ ਧਰਤੀ ਦਾ ਕਹਿੰਦੇ ਇਹ ਨੌਜਵਾਨ 75 ਕਿਲੋ ਦਾ ਬੈਸਟ ਜਾਫੀ ਡਿਕਲੇਅਰ ਹੋਇਆ ਐਲ ਈ ਡੀ ਜਿੱਤਣ ਵਾਲਾ ਤੇ ਓਪਨ ਕਲੱਬਾਂ ਦੇ ਵਿੱਚ ਵੀ ਐਲ ਈ ਡੀ
ਕੌਣ ਜਿੱਤੂਗਾ ਉਹ ਤਾਂ ਸਾਡੇ ਪਰਮਜੀਤ ਬੰਨੀ ਪੰਜਾਬ ਰਾਜ ਬਿਜਲੀ ਬੋਰਡ ਕਹਿੰਦੇ ਵੀ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਵੀ ਬੜੀ ਤਕੜੀ ਰਹੀ ਆ ਸੋ ਉਹ ਵੀ ਪੁੱਜੇ ਹੋਏ ਆਪਾਂ ਧੰਨਵਾਦ ਕਰਦੇ ਹਾਂ ਸਾਡੇ ਬਲਿਆਰ ਸਿੰਘ ਦੀ ਬਲ ਹੈ ਪ੍ਰਧਾਨ ਸਾਹਿਬ ਕਹਿੰਦੇ ਵੀ ਆਪ 36 ਸਾਲ ਹੋ ਗਏ ਆ ਵੱਡੀਆਂ ਜ਼ਿੰਮੇਵਾਰੀਆਂ ਪਹਿਲਾਂ ਕਬੱਡੀ ਵੀ ਬੜੀ ਤਕੜੀ ਖੇਡੀ ਆ ਤੇ ਪ੍ਰਧਾਨ ਜੀ ਦੇ ਜ਼ਿੰਮੇਵਾਰੀਆਂ ਨਿਭਾਉਂਦੇ ਧੰਨਵਾਦ ਤੇ ਇੱਧਰ ਲਓ ਪਸਤੌਲ ਢਿੰਡਰਾਂ ਵਾਲਾ ਫਿਰ ਵਧੀਆ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਲਓ ਸਾਹਮਣੇ ਹੋਇਆ ਦੇਖਦਾ ਖੇਡ ਮੈਦਾਨ ਦੇ ਸੋਨ ਨੂੰ ਹੰਡਲ ਢੱਡਿਆ ਵਾਲਾ ਉਧਰ ਪਾਸਲੇ ਵਾਲੇ ਜੋਲ ਪ੍ਰਵਾਸ ਤੋਂ ਸਾਡੇ ਵੀਰ ਬੀਜੇ ਹੋਏ ਆਪਾਂ ਧੰਨਵਾਦ ਕਰਦੇ ਹਾਂ 28 ਤਰੀਕ ਨੂੰ ਕਹਿੰਦੇ 8 ਟੀਮਾਂ ਓਪਨ ਦੀਆਂ ਸੱਦੀਆਂ ਹੋਈਆਂ 4 ਟੀਮਾਂ ਕਹਿੰਦੇ ਵੀ ਕਬੱਡੀ 65 ਕਿਲੋ ਦੀਆਂ ਸੱਦੀਆਂ ਹੋਈਆਂ ਤੇ 4 ਟੀਮਾਂ ਕਹਿੰਦੇ 57 ਕਿਲੋ ਦੀਆਂ ਸੱਦੀਆਂ ਹੋਈਆਂ ਹੋਣਗੀਆਂ ਤੇ ਇੱਧਰ ਬਹੁਤ ਹੀ ਸ਼ਾਨਦਾਰ ਮੁਕਾਬਲਾ ਆਹ ਮੁੰਡਾ ਕਹਿੰਦੇ ਦਿੱਲੋਂ ਹੈ ਸਾਹਨੇਵਾਲ ਦੀ ਧਰਤੀ ਵਾ ਸਾਹਨੇਵਾਲ ਦੁੱਗਾ ਸੋਰੀ ਦੁੱਗਾ ਇਹ ਬਿੰਦੂ ਕਹਿੰਦਾ ਵੀ ਗਲਤ ਦੱਸ ਗਿਆ ਮੈਨੂੰ ਕੋਈ ਗੱਲ ਨਹੀਂ ਦੁੱਗਾ ਵਾਲਾ ਬਿੱਲੂ ਪੁੜ ਜੀ ਵਾੜੀ ਆ ਗਈ ਅੱਗੇ ਪਿਛਲੇ ਸਾਲ ਥੋੜ੍ਹੇ ਅਨਫਿਟ ਅਨਮੁਸ਼ਕਤ ਸੀਗਾ ਤੇ ਪੁਆਇੰਟ ਜਿਹੜਾ ਉਸ ਵੇਲੇ ਧਾਵੀ ਦਿੱਲੀ ਤੇ ਲਾਓ ਇੱਧਰ ਅਗਲੀ ਕਬੱਡੀ ਅੰਤਰ ਜਨੇਤ ਮੇਰੇ ਵਾਲਾ ਸਾਹਮਣੇ ਪਾਉਣ ਦੇ ਲਈ ਵਧਿਆ ਹੋਇਆ 28 ਅਤੇ 29 ਤਰੀਕਾਂ ਕਹਿੰਦੇ ਨੇ ਗੜੀ ਮਹਾਂ ਸਿੰਘ ਦੇ ਕਬੱਡੀ ਕੱਪ ਦੀਆਂ 27 ਤਰੀਕਾਂ ਮੌਤ ਸਾਹਿਬ ਦੇ ਟ੍ਰੈਕਟਰ ਤਵੀਆਂ ਦਾ ਮੁਕਾਬਲਾ ਤੇ ਆਹ ਵੇਖੋ ਸਾਹਮਣੇ ਜੋਰ ਕਹਿੰਦੇ ਅੰਦਾਜ਼ ਮੁੰਡੇ ਦਾ ਬਹੁਤ ਵਧੀਆ ਬਾਲਾਂ ਦਾ ਸਟਾਈਲ ਕਹਿੰਦੇ ਯਾਰੋ ਵਰਗਾ ਅਮਰੀਕਾ ਦਾ ਐਗਜ਼ਾਮਪਲ ਯਾਰੋ ਜਸੂਸ ਕਹਿੰਦੇ ਯਾਰੋ ਵਰਗਾ ਸਟਾਈਲ ਬਣਾ ਲਿਆ ਇਸ ਨੌਜਵਾਨ ਨੇ ਸਾਡਾ ਜਸਕਰਨ ਵੀਰ ਨੂੰ ਖੇਡਿਆ ਵਾਲਾ ਪਹਿਲੀ ਵਾਰੀ ਕੈਨੇਡਾ ਖੇਡਿਆ ਤੇ ਬੱਲੇ ਬੱਲੇ ਕਰਾਈ ਆ ਕਿਹੜੇ ਕਿਹੜੇ ਧਾਵੀਆਂ ਨੂੰ ਜੱਫਾ ਲਾਇਆ ਜਦੋਂ ਖੇਡੂਗਾ ਫਿਰ ਗੱਲ ਕਰਾਂਗੇ ਐਪੀਸੋਡ ਆਜ਼ਾਦ ਕਬੱਡੀ ਕਲੱਬ ਮੁਠੱਡਿਆਂ ਵਾਲੇ ਤਾਰੇ ਨੇ ਕਹਿੰਦੇ ਵੀ ਅਣਗਿਣਤ ਖਿਡਾਰੀ ਸੈਟਲ ਕਰ ਦਿੱਤੇ ਅਣਗਿਣਤ ਖਿਡਾਰੀਆਂ ਨੂੰ ਕਹਿੰਦੇ ਵੀ ਰੋਜੀ ਰੋਟੀ ਦੇ ਵਿੱਚ ਪਾ ਦਿੱਤਾ ਅਣਗਿਣਤ ਖਿਡਾਰੀਆਂ ਨੂੰ ਕਹਿੰਦੇ ਵੀ ਕੈਨੇਡਾ ਇੰਗਲੈਂਡ ਦੀ ਸੈਰ ਕਰਾ ਦਿੱਤੀ 7 ਮੁਠੱਡੇ ਨਾਲ ਵੱਡਾ ਪਿਆਰ ਆ ਪਰ ਉਧਰ ਲਾਓ ਲੱਕੀ ਆ ਨਸਰਾਲੇ ਵਾਲਾ ਤੇ ਆਹ ਕੌਣ ਹੈ ਇਹ ਆ ਗੱਲ ਮੇਰੇ ਵੀਰੋ ਵਾਹ ਇਸ ਵੇਲੇ ਇੰਦਗੜ ਦੀ ਧਰਤੀ ਦਾ ਐਗਜ਼ਾਮਪਲ ਲੈ ਵੀ ਤੇਜ ਬਾਬੀ ਜੀ ਮੈਚ ਦੇਖਣ ਵਾਲੇ ਆ ਹੁਣ ਵਾਹ ਉਧਰ ਸਰਦਾਰ ਚਰਨ ਸਿੰਘ ਜੀ ਚੇਅਰਮੈਨ ਸਰਦਾਰ ਚਰਨ ਸਿੰਘ ਜੀ ਪੁੱਜੇ ਆ ਰਾਜੋਵਾਲ ਦੀ ਧਰਤੀ ਆਪਾਂ ਧੰਨਵਾਦ ਕਰਦੇ ਹਾਂ ਕੁਲਵੀਰ ਵਾਹਿ ਜੀ ਵਰਗੇ ਵੱਡੇ ਨਾਮ ਨੇ ਆਹ ਸਾਡੇ ਜਿੱਟੇ ਭਾਜੀ ਕਹਿੰਦੇ ਬਈ ਗੱਲ ਨੂੰ 100 ਰੁਪਈਆ ਜਿੰਨੇ ਜਫੇ ਲਾਊ ਹਰ ਜਫੇ ਤੇ 100 ਰਾਜਵੀਰ ਕਿੱਧਰ ਰਾਜਵੀਰ ਤੇਰੇ ਵਾਸਤੇ ਤੇਰੇ ਮਾਮੇ ਵੱਲੋਂ ਇੱਕ ਜਫੇ ਦਾ 500 ਮਾਣ ਕੀਤਾ ਜਾਊਗਾ ਜਿੱਟੇ ਭਾਜੀ ਸਾਡੇ ਤੇਰੇ ਮਾਮਾ ਜੀ ਸਾਡੇ ਭਾਜੀ ਬਹੁਤ ਬਹੁਤ ਧੰਨਵਾਦ ਸਾਡੇ ਚਰਨ ਸਿੰਘ ਜੀ ਚੇਅਰਮੈਨ ਸਾਹਿਬ ਰਾਜੋਵਾਲ ਤੋਂ ਆਪਾਂ ਧੰਨਵਾਦ ਕਰਦੇ ਹਾਂ ਵੱਡਾ ਛਿੰਝ ਮੇਲਾ ਵੀ ਕਰਾਉਂਦੇ ਆ ਨਾਲ ਹੀ ਸਾਡੇ ਤੀਰਥ ਸਿੰਘ ਜੀ ਕੰਦੋਲਾ ਕਲਾਂ ਉਹਨਾਂ ਦਾ ਵੀ ਧੰਨਵਾਦ ਅੱਜ ਇੱਥੇ ਪਹੁੰਚਣ ਦੇ ਉਹ ਵੀ ਵੱਡਾ ਛਿੰਝ ਮੇਲਾ ਕਰਾਉਂਦੇ ਨੇ ਧੰਨਵਾਦ ਕਰਦੇ ਆ ਅਮਨਦੀਪ ਸਿੰਘ ਜੀ ਫਰਵਾਲਾ ਜ਼ਿਲ੍ਹਾ ਪਰਿਸ਼ਦ ਮੈਂਬਰ ਵੱਡਾ ਪਿਆਰ ਅੱਜ ਉੱਥੇ ਤੇ ਤੌਰ ਤੇ ਵਿਦੇ ਆਪਾਂ ਧੰਨਵਾਦ ਕਰਦੇ ਆ ਤੇ ਖੇਡ ਮੈਦਾਨ ਦੇ ਵਿੱਚ ਵੇਖਦੇ ਵੀ ਇੱਧਰ ਲਓ ਮੋਨੂ ਉਤੋਂ ਵਾਲ ਦੀ ਧਰਤੀ ਦਾ ਫਿਰ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਅਮਨ ਰੁਰਕਾ ਵਾਲਾ ਨਾਲ ਕਹਿੰਦੇ ਵੀ ਬਿੱਲੂ ਤੁੱਗਾ ਵਾਲਾ ਤੇ ਆਇਆ ਅਮਨ ਮੇਰੇ ਵੀਰੋ ਆਹ ਵੇਖੋ ਸਾਹਮਣੇ ਹੱਥਾਂ ਦੇ ਵਿੱਚੋਂ ਨਿਕਲਦਾ ਹੋਇਆ ਮੋਨੂ ਉਤੋਂ ਵਾਲ ਦੀ ਧਰਤੀ ਦਾ ਕਿ ਕਾਕਾ ਪੁੰਡ ਪਟਾਕਾ ਮੇਰੇ ਹੱਥ 'ਚੋਂ ਤਿਲਕਦਾ ਜਾਵੇ ਜਿੰਨਾ ਨਿੱਕਾ ਉਨਾ ਤਿੱਖਾ ਮੇਰੇ ਵੀਰੋ ਪਿਛਲੇ ਸਾਲ ਲਓ ਅਗਲੀ ਕਬੱਡੀ ਜਿਹੜੀ ਆ ਮੈਂ ਫਿਰ ਵੇਖਦਾ ਬਈ ਥਾਬਲਕੇ ਸਾਡੇ ਅਮਨ ਦੁੱਗਾ ਵਾਲੇ ਲਓ ਗਗਨਾ ਘਗਨਾ
ਬੱਡੂ ਆਲ ਦੀ ਧਰਤੀ ਆ ਮੇਰੇ ਵੀਰੋ ਕਬੱਡੀ ਦਾ ਸਟਾਰ ਧਾਵੀ ਆ ਨੌਜਵਾਨ ਤੇ ਉਧਰ ਸਟਾਰ ਜਾਫੀ ਆ ਮੇਰੇ ਵੀਰੋ ਟੌਪ ਦੇ ਖਿਡਾਰੀ ਨੇ ਟੌਪ ਦੀ ਕਬੱਡੀ ਪਾਈ ਤੇ ਟੌਪ ਦੇ ਜਾਫੀ ਨੇ ਟੌਪ ਦਾ ਜਫਾ ਲਾਉਣ ਦਾ ਯਤਨ ਕੀਤਾ ਤੇ ਟੌਪ ਦਾ ਨੰਬਰ ਜਿਹੜਾ ਜੋਲ ਆਇਆ ਰਮੀਦੀ ਵਾਲਾ ਵਾਹ ਆਇਆ ਬਾਜੀ ਪਾਓ ਮਸਤਾਨੀ ਮਰਦ ਕਹਿੰਦੇ ਉਹਨੂੰ ਮਰਦ ਇਧਰ ਨਿਗਾਹ ਮਾਰ ਕੇ ਵੇਖਦਾ ਵੀ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਵੀਰ ਸਿੰਘ ਜੀ ਬਰਾੜ ਸਾਹਿਬ ਅਤੇ ਸਰਦਾਰ ਚੌਧਰੀ ਸੰਤੋਖ ਸਿੰਘ ਜੀ ਕੈਬਨਿਟ ਮੰਤਰੀ ਉਜੇ ਦੇ ਤੌਰ ਤੇ ਵਜੋ ਹੈ ਸਾਡੇ ਐਮ ਪੀ ਸਾਹਿਬ ਚੌਧਰੀ ਸੰਤੋਖ ਸਿੰਘ ਜੀ ਹਲਕਾ ਫੌਰ ਐਮ ਪੀ ਸਾਹਿਬ ਜਗਵੀਰ ਸਿੰਘ ਜੀ ਬਰਾੜ ਸਾਹਿਬ ਸਾਡੇ ਬਲਜਿੰਦਰ ਸਿੰਘ ਜੀ ਹੈਪੀ ਭਾਜੀ ਬਾਈ ਸਿੰਘ ਪ੍ਰਧਾਨ ਬਾਲਾ ਭਾਜੀ ਬਲਿਹਾਰ ਸਿੰਘ ਜੀ ਬਾਲਾ ਪ੍ਰਧਾਨ ਸਾਹਿਬ ਉਹਨਾਂ ਨੂੰ ਬੇਨਤੀ ਹੋਈ ਸਟੇਜ ਤੇ ਜਾਣ ਪ੍ਰਧਾਨ ਸਾਹਿਬ ਜਾਓ ਸਟੇਜ ਤੇ ਵਿਰਾਜਮਾਨ ਹੋਵੋ ਅੱਜ ਦੇ ਮੁੱਖ ਮਹਿਮਾਨ ਚੌਧਰੀ ਸੰਤੋਖ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੇ ਨਾਲ ਜਗਵੀਰ ਸਿੰਘ ਜੀ ਵਿਰਾੜ ਰਾਲਕਾ ਵਿਧਾਇਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਨਦੀਪ ਸਿੰਘ ਜੀ ਫਰਵਾਲਾ ਚੇਅਰਮੈਨ ਚਰਨ ਸਿੰਘ ਜੀ ਰਾਜੇਵਾਲ ਸਾਡੇ ਤੀਰਥ ਸਿੰਘ ਜੀ ਕੰਦੋੜਾ ਕਲਾਂ ਤੇ ਹੋਰ ਜਿੰਨੇ ਵੀ ਪਾਰਟੀ ਵਰਕਰ ਕਲਾ ਪਤਵੰਤ ਸੱਜਣ ਕਲਾ ਅੱਜ ਪਹੁੰਚੇ ਆ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਹਾਂ ਬਲਿਹਾਲ ਸਿੰਘ ਜੀ ਬਾਲਾ ਪ੍ਰਧਾਨ ਸਾਹਿਬ ਵੱਲੋਂ ਇਹਨਾਂ ਦਾ ਮੋਸਟ ਵੈਲਕਮ ਜੀ ਆਇਆ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਉੱਥੇ ਪਹੁੰਚਣ ਤੇ ਲਓ ਇਧਰਲੇ ਪਾਸੇ ਪਿਸਤੌਲ ਇਸ ਗੱਭਰੂ ਦਾ ਨਾਮ ਚਰਨ ਸਿੰਘ ਜੀ ਪਿਸਤੌਲ ਹੈ ਭਿੰਡਰ ਕਲਾ ਦੀ ਧਰਤੀ ਦਾ ਜੰਪਲ ਹੈ ਪਿਆਰ ਦੇ ਨਾਲ ਇਹਨੂੰ ਪਿਸਤੌਲ ਕਹਿੰਦੇ ਆ ਤੇ ਇਧਰ ਡਬਲ ਟੱਚ ਹੋ ਗਿਆ ਤੇ ਪੁਆਇੰਟ ਜਿਹੜਾ ਪਿਸਤੌਲ ਭਿੰਡਰਾਂ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਲਓ ਮੋਨੂ ਉੱਧਰ ਵਾਲਦਾ ਲਓ ਮੋਨੂ ਉੱਧਰ ਵਾਲ ਦੀ ਧਰਤੀ ਦਾ ਬਖਸ਼ ਚੈੱਕ ਕਰਤਾ ਖੋ ਬਾਂਧਿਆ ਖੁੱਲਾ ਯਾਰ ਆਵਾਜ਼ ਇਹਦੀ ਖੋਲ ਯਾਰ ਮੜ ਗਈ ਇਹ ਤਾਂ ਖਿੱਚੀ ਬਹੁਤ ਜਾਂਦਾ ਕੱਲ੍ਹ ਪਤਾ ਸਹੀ ਸੀ ਅੱਜ ਪਤਾ ਨਹੀਂ ਕੀ ਗੱਲ ਹੈ ਇਹਨੂੰ ਹੈਲੋ ਹਾਂ ਹੁਣ ਠੀਕ ਲੱਗਦਾ ਕੁਛ ਬਹੁਤ ਬਹੁਤ ਧੰਨਵਾਦ ਸਾਡੇ ਸੋਹਣ ਲਾਲ ਜੀ ਸਾਊਂਡ ਸਰਵਰ ਪੈਂਟ ਵਾਲੇ ਵੀਰਾਂ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ ਮੰਗਾ ਜੀ ਹਾਂ ਇਧਰਲਾ ਹੁਣ ਚੱਲਿਆ ਇੱਕ ਬੰਦ ਸੀ ਲੱਗਦਾ ਹੁਣ ਚੱਲ ਪਿਆ ਉਧਰਲਾ ਵੀ ਕੋਈ ਗੱਲ ਨਹੀਂ ਬਹੁਤ ਵਧੀਆ ਸਾਊਂਡ ਹੈ ਤੇ ਇੱਧਰ ਦੇਖੋ ਸਾਹਮਣੇ ਵਾਹ ਇਹ ਹੈ ਘਗਨਾ ਬੱਡੂ ਵਾਲ ਦੀ ਧਰਤੀ ਦਾ ਕਹਿੰਦੇ ਵੀ ਕਬੱਡੀ ਦੇ ਸੁਪਰ ਸਟਾਰਾਂ ਦੇ ਵਿੱਚ ਨਾਮ ਹੈ ਇਸ ਗੱਭਰੂ ਦਾ ਤੇ ਆਹ ਜਿਹੜਾ ਮੁੰਡਾ ਯਤਨ ਕਰ ਰਿਹਾ ਇਹ ਹੈ ਥਾਬਲਕੇ ਦੀ ਧਰਤੀ ਦਾ ਜੋਰ ਪਰਿਵਾਰ ਦਾ ਇਹ ਕਹਿੰਦੇ ਵੀ ਕਬੱਡੀ ਦਾ ਸੁਪਰ ਖਿਡਾਰੀ ਹੈ ਨਾਮ ਕਹਿੰਦੇ ਵੀ ਲੱਗੀ ਹੈ ਇਸ ਪਿੰਡ ਦੇ ਵਿੱਚ ਬਹੁਤ ਹੀ ਕਰੀਬੀ ਰਿਸ਼ਤੇਦਾਰੀ ਹੈ ਤੇ ਇਸ ਵੇਲੇ ਪੁਆਇੰਟ ਜਿਹੜਾ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਥਾਬਲਕੇ ਦੇ ਲਈ ਜੋੜਦਾ ਹੋਇਆ ਸਤਵੀਰ ਕਹਿੰਦੇ ਨੇ 75 ਕਿਲੋ ਦਾ ਬਿਹਤਰੀਨ ਧਾਵੀ ਡਿਕਲੇਅਰ ਹੋਇਆ ਅੱਜ ਦਾ ਤੇ ਓਪਨ ਕਲੱਬਾਂ ਦੇ ਵਿੱਚ ਵੀ LED ਦਿੱਤੀ ਜਾਣੀ ਹੈ ਤੇ ਫਾਈਨਲ ਮੈਚ ਤੋਂ ਬਾਅਦ ਵੇਖਾਂਗੇ ਵੀ ਕਿਹੜਾ ਖਿਡਾਰੀ ਬੈਸਟ ਧਾਵੀ ਬਣਦਾ ਤੇ ਬੈਸਟ ਜਾਫੀ ਬਣਦਾ ਤੇ LED ਦਾ ਹੱਕਦਾਰ ਬਣਦਾ ਸਰਦਾਰ ਅਮਨਦੀਪ ਸਿੰਘ ਜੀ ਫਰਵਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਧੰਨਵਾਦ ਕਰਦੇ ਆ ਚੌਧਰੀ ਸੰਤੋਖ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਸਰਦਾਰ ਜਗਦੀਪ ਸਿੰਘ ਜੀ ਬਰਾੜ ਸਾਬਕਾ ਵਿਧਾਇਕ ਸਰਦਾਰ ਚਰਨ ਸਿੰਘ ਜੀ ਚੇਅਰਮੈਨ ਰਾਜੇਵਾਲ ਸਾਡੇ ਤੀਰਥ ਸਿੰਘ ਜੀ ਕੰਦੋੜਾ ਕਲਾ ਤੇ ਜਿੰਨੇ ਵੀ ਹੋਰ ਪਤਵੰਤ ਪੁੱਜੇ ਹੋਏ ਆ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਲਓ ਟੇਬਾ ਪਿੰਡ ਕਹਿੰਦੇ ਵੀ ਬੰਟੀ ਨਾਮ ਹੈ ਨੌਜਵਾਨ ਦਾ ਜਿਹੜਾ ਹੁਣ ਕਬੱਡੀ ਪਾ ਕੇ ਨੰਬਰ ਲੈ ਚੁੱਕਾ ਟਿੱਬੇ ਨੂੰ ਮਾਣ ਹੈ ਕਦੇ ਰਤਨ ਸਿੰਘ ਰਤੂ ਪੈਦਾ ਹੋਇਆ ਕਦੇ ਕਹਿੰਦੇ ਵੀ ਗੁਰਨਾਮ ਸਿੰਘ ਗਾਮਾ ਟਿੱਬੇ ਵਾਲਾ ਕਦੇ ਜਿੰਦੂ ਟਿੱਬੇ ਵਾਲਾ ਕਹਿੰਦੇ ਸੁਖਦੇਵ ਸਿੰਘ ਬੁੱਧੂ ਉਸੇ ਪਿੰਡ ਦਾ ਕਹਿੰਦੇ ਵੀ ਇੰਗਲੈਂਡ ਦੇ ਵਿੱਚ ਪੱਕੇ ਤੌਰ ਤੇ ਵਸਿਆ ਹੋਇਆ ਪਰ ਲਓ ਇਧਰ ਅੰਤਰ ਖੇਡ ਮੈਦਾਨ ਦੇ ਵਿੱਚ ਵਾਹਿਗੁਰੂ ਦੇ ਛੋਟੇ ਵੀਰ ਨਹੀਂ ਇਹ ਮੁੰਡਾ ਮਨੀ ਦੇ ਨਾਲ ਮੁਕਾਬਲਾ ਕਰ ਰਿਹਾ ਸੀ ਪਰ ਅੰਤਰ ਜਨੇਤਪੁਰ ਦੇ ਧਰਤੀ ਦਾ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਹੋਰ ਵਾਧਾ ਕਰਦਾ ਹੋਇਆ
ਕਹਿੰਦੇ ਉਹ ਅਮਰੂ ਦਾ ਇਹ ਛੋਟਾ ਵੀਰ ਕਿ ਦੋ ਵੀਰ ਦੋਈ ਵੀਰ ਬਾਅਦ ਦੋਨੇ ਹੋਣ ਕਬੱਡੀ ਦੇ ਖਿਡਾਰੀ ਅਗਲੀ ਕਬੱਡੀ ਕਹਿੰਦੇ ਬਈ ਸੋਨੂ ਹੈ ਹੁੰਦਲ ਢੱਡੇ ਬਣਦਾ ਇੰਗਲੈਂਡ ਦੀ ਧਰਤੀ ਤੇ ਖੇਡਿਆ ਰਣਜੀਤ ਢੰਡੇ ਦੇ ਲਈ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦੇ ਤੌਰ ਤੇ ਕਹਿੰਦੇ ਵੀ ਵੱਡਾ ਮਾਣ ਆ ਤੇ ਆਪਾਂ ਧੰਨਵਾਦ ਕਰਦੇ ਹਾਂ ਕਹਿੰਦੇ ਬਈ ਮਹਿੰਦਰ ਮੌੜ ਨੇ ਮਾਣ ਦਿੱਤਾ ਇਸ ਗੱਭਰੂ ਨੂੰ ਉਧਰ ਬੱਤਾ ਨੇਕੀ ਸਾਡਾ ਵੀਰ ਚੀਮਾ ਦੀ ਧਰਤੀ ਦਾ ਜਿੱਥੋਂ ਛਿੰਦਾ ਚੀਮਾ ਕਹਿੰਦੇ ਬਈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਸਿਆ ਹੋਇਆ ਕਹਿੰਦੇ ਬਈ ਮੁਗਲ ਗਾਰਡਨ ਰੈਸਟੋਰੈਂਟ ਦੇ ਮਾਲਕ ਤੇ ਉਧਰ ਸਰਦਾਰ ਸੋਹਣ ਸਿੰਘ ਜੀ ਸਾਡੇ ਸੰਧੂ ਸਾਹਿਬ ਆਪਾਂ ਪਹਿਲਾਂ ਗੱਲ ਕਰ ਚੁੱਕੇ ਕਈ ਵਾਰ ਬਈ 28 ਤਰੀਕ ਨੂੰ ਵੱਡਾ ਖੇਡ ਮੇਲਾ ਪਹਿਲਾ ਇਨਾਮ ਜਿੱਥੇ 71,000 ਤੇ ਦੂਜਾ 52,000 ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਪੰਜਾਬ ਦੀਆਂ 8 ਕਹਿੰਦੇ ਹੋਏ ਚੋਟੀ ਦੀਆਂ ਟੀਮਾਂ ਜਿਹੜੀਆਂ ਪਹੁੰਚਣਗੀਆਂ ਤੇ 29 ਤਰੀਕ ਨੂੰ ਵੱਡਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਜਿਸੇ ਪਰਿਓ ਦਿੱਲੀ ਵਰਗੇ ਬੀਣੀਏ ਜੰਮੂ ਵਰਗੇ ਰਕੇਸ਼ ਵਰਨ ਖਲੀ ਵਰਗੇ ਕਹਿੰਦੇ ਹੋਏ ਉੱਚ ਕੋਟੀ ਦੇ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਹਰਿਆਣੇ ਵਾਲੇ ਪੁੱਜਣਗੇ ਦਿੱਲੀ ਵਾਲੇ ਪੁੱਜਣਗੇ ਪੰਜਾਬ ਵਾਲੇ ਪੁੱਜਣਗੇ ਪ੍ਰਵੇਸ਼ ਭੁਲੇਤਾ ਕਹਿੰਦੇ ਵੀ ਭੁਲੇਤੇ ਆਣ ਕੇ ਵਸਿਆ ਪਰ ਪੱਕੇ ਤੌਰ ਤੇ ਨਹੀਂ ਥੋੜੇ ਸਮੇਂ ਲਈ ਕਿਉਂਕਿ ਰੋਜ਼ ਦਿੱਲੀਓਂ ਆਉਣਾ ਜਾਣਾ ਔਖਾ ਹੋ ਜਾਂਦਾ ਪ੍ਰਵੇਸ਼ ਦਿੱਲੀ ਇਹ ਨਾਮੀ ਮੱਲ ਜਿਹੜੇ 29 ਤਰੀਕ ਨੂੰ ਕਹਿੰਦੇ ਬਈ ਅਪਰੇ ਦੇ ਲਾਗੇ ਗੜੀ ਮਹਾਸਿੰਘ ਦੇ ਵਿੱਚ ਭਿੜਨਗੇ 28 ਤਰੀਕ ਨੂੰ ਕਹਿੰਦੇ ਬਈ ਜੋਹਰ ਪਰਿਵਾਰ ਵੱਲੋਂ ਪਾਫਲੇ ਦੀ ਧਰਤੀ ਤੋਂ ਖੇਡ ਮੇਲਾ ਕਰਵਾਇਆ ਜਾ ਰਿਹਾ ਸਿਰਫ ਸੱਦੇ ਹੋਏ ਪਿੰਡ ਪੱਧਰ ਦੇ ਮੁਕਾਬਲੇ ਹੋਣਗੇ ਚਾਰ ਟੀਮਾਂ 57 ਕਿੱਲੋ 4 65 ਕਿੱਲੋ ਤੇ 8 ਟੀਮਾਂ ਜਿਹੜੀਆਂ ਓਪਨ ਦੀਆਂ ਹੋਣਗੀਆਂ ਤੇ 27 ਤਰੀਕ ਨੂੰ ਮੌਤ ਸਾਹਿਬ ਦੀ ਧਰਤੀ ਤੇ ਟੈਕਟਰ ਤਵੀਆਂ ਦੇ ਮੁਕਾਬਲੇ ਹੋਣਗੇ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇੱਧਰ ਆ ਜਾਓ ਸਟੇਜ ਤੋਂ ਹਾਂ ਮਾਸਟਰ ਜੀ ਆਪਣੇ ਸਰਦਾਰ ਸੋਹਣ ਸਿੰਘ ਜੀ ਸੰਧੂ ਸਾਹਿਬ ਗੜੀ ਮਹਾਸਿੰਘ ਤੋਂ 28-29 ਤਰੀਕ ਨੂੰ ਵੱਡਾ ਕੱਪ ਤੁਹਾਨੂੰ ਵੀ ਸੱਦਾ ਪੱਤਰ ਹੈ ਸਾਰੀ ਪ੍ਰਬੰਧਕ ਕਮੇਟੀ ਨੂੰ ਤੇ ਮੈਂ ਬੇਨਤੀ ਕਰਦਾ ਇਸ ਦੇ ਉੱਤੇ ਆ ਜਾਣ ਬਹੁਤ ਬਹੁਤ ਧੰਨਵਾਦ ਹਾਫ ਟਾਈਮ ਹੋ ਚੁੱਕਾ ਮੇਰੇ ਵੀਰ ਬਈ 10 ਨੰਬਰ ਜਿਹੜੇ ਹੈ ਵਾਈ ਐਫ ਸੀ ਰੁੜਕਾ ਕਲਾ ਅਤੇ 10.5 ਨੰਬਰ ਜਿਹੜੇ ਹੈ ਬਾਬਾ ਬਸਾਊ ਕਬੱਡੀ ਕਲੱਬ ਥਾਬਲਕੇ ਦੀ ਟੀਮ ਦੇ ਹੈ 18.5 ਦੂਰ ਤੋਂ ਮੈਨੂੰ 10 ਹੀ ਲੱਗਾ 10 ਤੋਂ 18.5 ਅੱਠਾਂ ਦਾ ਫਰਕ ਹੈ ਜੀ ਪੰਜ ਤੇ ਇੱਕ ਇੱਕ ਪੰਜ ਜਫਾ ਇੱਧਰ ਤੇ ਇੱਕ ਜਫਾ ਇੱਧਰ ਹੈ ਹਾਫ ਟਾਈਮ ਤੱਕ 10 ਤੋਂ 18.5 ਦਾ ਅੰਕੜਾ ਚਾਚਾ ਜੀ ਤੇ ਅਗਲਾ ਜਿਹੜਾ ਮੁਕਾਬਲਾ ਹੈ ਬੇਨਤੀ ਕਰਦੇ ਹਾਂ ਬਈ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆਉਣਗੀਆਂ ਬਖਸ਼ੀਸ਼ ਪੱਤਰ ਦੀ ਟੀਮ ਜਿਹੜੀ ਆ ਬਾਬਾ ਅਜੀਤ ਸਿੰਘ ਚਿੱਟੀ ਕਬੱਡੀ ਕਲੱਬ ਕੈਨੇਡਾ ਸਾਡੇ ਸਰਪੰਚ ਸਾਹਿਬ ਗੜੀ ਮਹਾਸਿੰਘ ਤੋਂ ਮੌਜੂਦਾ ਸਰਪੰਚ ਸਾਹਿਬ ਪਹੁੰਚੇ ਹਨ ਇਹਨੇ ਭਾਜੀ ਹੋਣਾਂ ਦਾ ਬਹੁਤ ਬਹੁਤ ਧੰਨਵਾਦ ਸੋ ਸੰਨੂਆ ਜੀ ਪਲੀਜ਼ ਆ ਜਾਓ ਕੋਈ ਗੱਲ ਨਹੀਂ ਬੱਬਾ ਮਾਨ ਦੋਰੇ ਪ੍ਰਬੰਧਕ ਕਮੇਟੀ ਵੱਲੋਂ ਪਿਆਰ ਆ ਜਾਓ ਤੁਸੀਂ ਉੱਥੇ ਸਾਹਮਣੇ ਬੈਠ ਕੇ ਦੇਖੋ ਸਾਡੇ ਚੌਧਰੀ ਸਾਹਿਬ ਬੈਠੇ ਆ ਅਮਨਦੀਪ ਸਿੰਘ ਜੀ ਫਰਵਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਉੱਧਰ ਸਾਡੇ ਗੁਰਮੇਲ ਸਿੰਘ ਜੀ ਕੰਦੋਲਾ ਖੁਰਦ ਉਹ ਵੀ ਪੁੱਜੇ ਹੋਏ ਆ ਕਹਿੰਦੇ ਵੀ ਸਿੰਘ ਸਭਾ ਬਾਰਕਿੰਗ ਕਲੱਬ ਲੰਡਨ ਦੇ ਵੀ ਮੈਂਬਰ ਆ ਉੱਧਰ ਸਾਡੇ ਪਿੱਪਲਾਂ ਵਾਲੇ ਵੀਰ ਆਪਾਂ ਧੰਨਵਾਦ ਕਰਦੇ ਉਹਨਾਂ ਦਾ ਵੀ
ਤੇ ਇੱਕ ਜਿਹੜੀ ਬੇਨਤੀ ਕਰਨਾ ਚਾਹੁੰਦੇ ਆ ਕਹਿੰਦੇ ਵੀ ਅਫੀਸ਼ੀਅਲ ਵੈਲਫੇਅਰ ਸੁਸਾਇਟੀ ਵੱਲੋਂ ਸਾਡੇ ਗੁਰਮੇਸ਼ ਸਿੰਘ ਜੀ ਕੰਦੋਲਾ ਖਰ ਐਨਆਰਓ ਵੀਰ ਕਹਿੰਦੇ ਵੀ ਜਿਹੜਾ ਸਕੂਲ ਆ ਬੋਬੀ ਬਾਜੀ ਕੰਦੋਲਾ ਖੁਰਦ ਤੇ ਫਰਵਾਲੇ ਦਾ ਸਾਂਝਾ ਆ ਜਿਹੜਾ ਸਕੂਲ ਆ ਮੇਰੇ ਖਿਆਲ 'ਚ ਉਹ ਇੱਕ ਕਹਿੰਦੇ ਵੀ ਉਹਨਾਂ ਦੇ ਵੱਲੋਂ ਖਾਸ ਤੌਰ 'ਤੇ ਬੇਨਤੀ ਹੈ ਵੈਲਫੇਅਰ ਸੁਸਾਇਟੀ ਐਨਆਰਓ ਵੀਰ ਉਹਨਾਂ ਦੇ ਜਿਹੜੇ ਮੈਂਬਰ ਆ ਉਹ ਉਹਨਾਂ ਵੱਲੋਂ ਬੇਨਤੀ ਕੀਤੀ ਜਾਂਦੀ ਵੀ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ ਦੋਨਾਂ ਨਗਰਾਂ ਦਾ ਸਾਂਝਾ ਸਕੂਲ ਹੈ ਵੈਸੇ ਤਾਂ ਕੱਲ੍ਹ ਅਮਨਦੀਪ ਫਰਾਲਾ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਹਨਾਂ ਨੇ ਵੀ ਕੱਲ੍ਹ ਬੇਨਤੀ ਕੀਤੀ ਆ ਮੰਗ ਪੱਤਰ ਰੱਖਿਆ ਪਰ ਫਿਰ ਵੀ ਸਾਰੇ ਨਗਰਾਂ ਦੋਨਾਂ ਨਗਰਾਂ ਵੱਲੋਂ ਤੇ ਸਰਦਾਰ ਗੁਰਮੇਲ ਸਿੰਘ ਜੀ ਕੰਦੋਲਾ ਸਾਹਿਬ ਐਨਆਰਓ ਸਾਡੇ ਵੀਰ ਵੈਲਫੇਅਰ ਕਹਿੰਦੇ ਵੀ ਅਫੀਸ਼ੀਅਲ ਵੈਲਫੇਅਰ ਦੇ ਮੈਂਬਰ ਐਨਆਰਆਈ ਇਹਨਾਂ ਦੇ ਵੱਲੋਂ ਵੀ ਬੇਨਤੀ ਆ ਵੀ ਦੋਨਾਂ ਨਗਰਾਂ ਦਾ ਸਾਂਝਾ ਸਕੂਲ ਜਿਹੜਾ ਅਪਗ੍ਰੇਡ ਕੀਤਾ ਜਾਵੇ ਇਹ ਮੰਗ ਜਿਹੜੀ ਹੈ ਦੋਨਾਂ ਨਗਰਾਂ ਦੀ ਮੰਗ ਹੈ ਬਹੁਤ ਬਹੁਤ ਧੰਨਵਾਦ ਗੁਰਮੇਲ ਸਿੰਘ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਲਓ ਉੱਧਰ ਸਨੀ ਮਠੱਡਿਆਂ ਦਾ ਵਾਹ ਉੱਧਰ ਬਾਜੀ ਪਾਓ ਮਸਤਾਨੀ ਮਰਦ ਕਹਿੰਦੇ ਉਸ ਨੌਜਵਾਨ ਨੂੰ ਬਾਜੀ ਆ ਪਾ ਕੇ ਕੰਮ ਸ਼ੁਰੂ ਕਰ ਦਿੱਤਾ ਬਲਵਿੰਦਰ ਕੁਮਾਰ ਜੀ ਬਲਵਿੰਦਰ ਕੁਮਾਰ ਜੀ ਕਹਿੰਦੇ ਵੀ ਹੁਣ ਮੇਰੀ ਜਿਹੜੀ ਆ ਬ੍ਰਾਂਚ ਉਹ ਬਲਗੇ ਆ ਗਈ ਹੈ ਜੀ ਤੇ ਜੇ ਮੌਤ ਸਾਹਿਬ ਹੁੰਦੇ ਤਾਂ ਕਹਿੰਦੇ ਉਹਨੂੰ ਸਪੈਸ਼ਲ ਗ੍ਰਾਂਟ ਦਿੱਤੀ ਜਾਣੀ ਸੀ ਲੋਨ ਦਿੱਤਾ ਜਾਣਾ ਸਿਰਫ ਕੱਪੜੇ ਸਮਾਉਣ ਲਈ ਉਹ ਕੱਪੜੇ ਬੜੇ ਗੰਦੇ ਕਰਦਾ ਆ ਘਰੋਂ ਵੀ ਗਾਲਾਂ ਪਾਉਂਦੀਆਂ ਵੀ ਸਾਬਣ ਛੋਕਰਾ ਕਿਹੜਾ ਸਸਤਾ ਆਉਂਦਾ ਸਰਕਾਰੀ ਕੰਮ ਲਈ ਆਪਾਂ ਅਪੀਲ ਕਰ ਸਕਦੇ ਹਾਂ ਕਿਸੇ ਦੇ ਨਿੱਜੀ ਕੰਮ ਲਈ ਨਹੀਂ ਹੋ ਸਕਦੀ ਚਲੋ ਕੋਈ ਗੱਲ ਨਹੀਂ ਕਰਦੇ ਹਾਂ ਲੈ ਉਹ ਵੀਰ ਸਿਆ ਆਹ 500 ਰੁਪਇਆ ਤੇਰੇ ਮਾਮੇ ਦੀਪੇ ਵੱਲੋਂ ਆ ਗਿਆ ਤੇ ਤੇਰੇ ਡੈਡੀ ਤੇਜੋ ਸਿੰਘ ਵੱਲੋਂ ਵੀ ਆ ਗਿਆ ਆ ਮਾਇਆ ਦੇ ਗੱਫੇ ਫੜਦਾ ਆ ਫੜੀ ਬਈ ਚਾਚਾ ਆ ਭੱਜ ਗਏ ਮਾਇਆ ਦੇ ਗੱਫੇ ਵੀਰ ਦੇ ਲਈ ਪੁੱਜ ਗਏ ਆ ਮਾਮਾ ਦੀਪਾ ਕਹਿੰਦੇ ਭਾਣ ਜੇ ਅੱਜ ਮਾਣ ਕਰਨਾ ਤੇ ਬਾਪੂ ਜੀ ਵੱਲੋਂ ਤੇਜਾ ਵੀ ਉਹਨਾਂ ਵੱਲੋਂ ਵੀ ਉਹ ਪੈਸੇ ਜਿਹੜੇ ਵੀਰ ਦੇ ਵਾਸਤੇ ਵੀਡੀਓ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਆਪਾਂ ਧੰਨਵਾਦ ਕਰਦੇ ਹਾਂ ਗੁਰਮੇਲ ਸਿੰਘ ਜੀ ਕੰਦੋਲਾ ਸਾਹਿਬ ਬਾਬੂ ਬਾਜੀ ਕਹਿੰਦੇ ਬਾਬੂ ਬਾਜੀ ਪ੍ਰਧਾਨ ਸਾਹਿਬ ਕੰਦੋਲਾ ਸਾਹਿਬ ਕਹਿੰਦੇ ਗੁਰਮੇਲ ਸਿੰਘ ਜੀ ਬਈ ਦੋਨੇ ਨਗਰਾਂ ਦੇ ਜਿੰਨੇ ਵੀ ਐਨਆਰਆਈ ਵੀਰ ਆ ਕਿਸੇ ਵੀ ਕੰਟਰੀ ਦੇ ਵਿੱਚ ਹੋਣ ਸਾਰੇ ਭਰਾ ਐਨਆਰਆਈ ਵੱਧ ਤੋਂ ਵੱਧ ਮਾਇਆ ਦਾ ਸਹਿਯੋਗ ਦੇਣ ਨੂੰ ਤਿਆਰ ਆ ਸਕੂਲ ਅਪਗ੍ਰੇਡ ਕਰਨ ਦੇ ਵਿੱਚ ਵੱਡਾ ਯੋਗਦਾਨ ਇੱਕ ਵਾਰੀ ਤਾੜੀਆਂ ਮਾਰ ਦਿਓ ਜੀ ਕਹਿੰਦੇ ਵੀ ਦੋਨੇ ਨਗਰਾਂ ਦੇ ਐਨਆਰਆਈ ਵੀਰਾਂ ਵੱਲੋਂ ਵੱਡਾ ਸਹਿਯੋਗ ਪਰ ਪਰਮਿਸ਼ਨ ਜਿਹੜੀ ਇੱਧਰੋਂ ਆਉਣੀ ਚਾਹੀਦੀ ਆ ਤੇ ਇਹਨਾਂ ਦਾ ਸਹਿਯੋਗ ਹੋਣਾ ਚਾਹੀਦਾ ਅਮਨਦੀਪ ਸਿੰਘ ਜੀ ਫਰਵਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਹਿੰਦੇ ਵੀ ਮੰਗ ਪੱਤਰ ਤਿਆਰ ਹੈ ਬਿਲਕੁਲ ਹੋ ਗਈ ਪਰਮਿਸ਼ਨ ਹਾਂ ਠੀਕ ਹੈ ਜੀ ਕਹਿੰਦੇ ਲਿਖਿਆ ਵੀ ਇੱਧਰ ਸਾਡਾ ਵੀਰ ਕਹਿੰਦਾ ਵੀ ਪਲਾਟ ਦਾ ਕੱਟ ਹੋ ਗਿਆ ਪਾਣੀ ਦਾ ਨਿਕਾਸ ਹੈ ਨਹੀਂ ਮੈਂ ਕਿਹਾ ਵੇਚ ਦਿਓ ਪਲਾਟ ਕਹਿੰਦਾ ਵਿਕਦੇ ਨਹੀਂ ਮੈਂ ਕਿਹਾ ਮੈਨੂੰ ਦੇ ਦਿਓ ਮੈਂ ਵੇਚ ਦਿੰਦਾ ਅੱਜ ਕੱਲ੍ਹ ਦਾ ਸਮਾਂ ਇਹਦਾ ਜ਼ਮੀਨਾਂ ਤਾਂ ਉੜਦੀਆਂ ਹੀ ਜਾਂਦੀਆਂ ਇੱਕ ਅੱਧਾ ਟਰੈਕਟਰ ਤਵੀਆਂ ਦਾ ਮੇਲਾ ਕਰਾ ਦਿਓ ਕੰਮ ਹੋ ਗਿਆ ਪਲਾਟਾਂ ਦਾ ਐਵੇਂ ਨਾ ਪਿੰਡ ਪਿੰਡ ਚਲਾ ਉੱਧਰ ਮਨਵਿੰਦਰ ਸਿੰਘ ਜੀ ਚਿਹੜੂ ਵਾਲੇ ਪਹੁੰਚੇ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਪਿੰਡ ਕਹਿੰਦੇ ਵੀ ਟਰੈਕਟਰ ਟਰਾਲੀਆਂ ਭਜਾਉਂਦੇ ਆ ਤੇ ਇਸ ਵੇਲੇ ਆ ਪਹਿਲਾ ਸੈਮੀਫਾਈਨਲ ਚੱਲ ਰਿਹਾ ਜਿਹੜੀ ਟੀਮ ਜਿੱਤੂਗੀ ਫਾਈਨਲ ਵਿੱਚ ਪੁੱਜੇਗੀ ਤੇ ਆ ਜਿਹੜਾ ਦੂਸਰਾ ਮੁਕਾਬਲਾ ਦੋਨੇ ਟੀਮਾਂ ਬਿਲਕੁਲ ਤਿਆਰ ਬਰ ਤਿਆਰ ਆ ਸਾਡਾ ਮੇਨ ਵੀਰ ਵੀ ਪਹੁੰਚਿਆ ਹੋਇਆ ਆਪਾਂ ਉਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਬੂਟਾ ਤੇ ਮੇਨ ਜਿਹਨੇ ਵਧੀਆ ਕਬੱਡੀ ਖਿਡਾਰੀ ਆ ਸਾਡੇ ਸਰਪੰਚ ਸਾਹਿਬ ਸੋਹਣ ਸਿੰਘ ਜੀ ਸੰਧੂ ਚੰਦੇ ਭਾਜੀ ਹੁਣੀ ਹੋਰ ਸਾਡੇ ਸਾਰੇ ਅੰਕਲ ਉਹਨਾਂ ਦਾ ਧੰਨਵਾਦ ਆ ਜਿਹੜੀ ਮਹਾਂਸਿੰਘ ਤੋਂ ਉੱਚੇ ਉੱਚੇ ਪਾਵਰ ਤੋਂ ਪੁੱਜੇ ਆ ਟੀਮਾਂ ਦਾ ਪ੍ਰਦਰਸ਼ਨ ਦੇਖਣ ਦੇ ਲਈ 28 ਤਰੀਕ ਨੂੰ ਕਹਿੰਦੇ ਵੀ ਸੱਦੀਆਂ ਹੋਈਆਂ ਟੀਮਾਂ ਦੇ ਬਹੁਤ ਸ਼ਾਨਦਾਰ ਮੁਕਾਬਲੇ ਹੋਣਗੇ ਉੱਧਰ ਚੌਲ ਪਰਿਵਾਰ ਵੀ ਕਹਿੰਦੇ ਵੀ ਪਿੰਡ ਪੱਧਰ ਦੀਆਂ ਸੱਦੀਆਂ ਹੋਈਆਂ ਟੀਮਾਂ ਗੜੀ ਮਹਾਂਸਿੰਘ ਓਪਨ ਕਲੱਬ ਇੰਟਰਨੈਸ਼ਨਲ ਕਲੱਬ ਕਹਿੰਦੇ ਵੀ ਖੇਡਣਗੇ ਚੋਟੀ ਦੇ ਕਲੱਬ 71,000 ਤੇ 51,000 ਬੈਸਟ ਰੇਡਰ ਤੇ ਯਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ
28 ਤਰੀਕ ਨੂੰ ਵੱਡਾ ਛਿੰਜ ਮੇਲਾ ਹੋਵੇਗਾ ਦੁਨੀਆ ਦੇ ਨਾਮੀ ਕਹਿੰਦੇ ਵੀ ਪੰਜਾਬ ਹਿੰਦੁਸਤਾਨ ਹਰਿਆਣਾ ਦੇ ਨਾਮੀ ਮੱਲ ਕਹਿੰਦੇ ਵੀ ਦਿੱਲੀ ਦੇ ਨਾਮੀ ਮੱਲ ਪੁੱਜਣਗੇ ਇੱਥੇ ਜੋਲ ਪਰਿਵਾਰ ਕਹਿੰਦੇ ਵੀ ਜਦੋਂ 28 ਤਰੀਕ ਨੂੰ ਕਾਫਲੇ ਦੇ ਵਿੱਚ ਪਿੰਡ ਪੱਧਰ ਦੇ ਮੁਕਾਬਲੇ ਹੋਣਗੇ ਸਾਡੇ ਬਹੁਤ ਹੀ ਸਤਿਕਾਰਯੋਗ ਚੌਧਰੀ ਸੰਤੋਖ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਤੇ ਯੂਥ ਆਗੂ ਬਿਕਰਮਜੀਤ ਸਿੰਘ ਚੌਧਰੀ ਇਨਾਮਾਂ ਦੀ ਵੰਡ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚਣਗੇ ਕਾਫਲੇ 28 ਤਰੀਕ ਨੂੰ ਉਹਨਾਂ ਦੇ ਵੱਲੋਂ ਸੱਦਾ ਪੱਤਰ ਹੈ ਬਹੁਤ ਬਹੁਤ ਧੰਨਵਾਦ ਸਾਡੇ ਮੰਗੀ ਨੂੰ ਪਹੁੰਚੇ ਹੈ ਭਾਈ ਇਸ ਮੁਕਾਬਲੇ ਦੇ ਵਿੱਚੋਂ ਥਾਬਲਕੇ ਦੀ ਟੀਮ ਜਿਹੜੀ ਜੇਤੂ ਰਹੀ ਹੈ ਜੀ ਨੋਟ ਕਰ ਲਓ ਹਾਂਜੀ ਮੈਂ ਬੇਨਤੀ ਕਰਦਾ ਬਈ ਚਿੱਟੀ ਦੀ ਟੀਮ ਜਿਹੜੀ ਹੈ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜਾ ਦੇ ਚਿੱਟੀ ਬਾਬਾ ਅਜੀਤ ਸਿੰਘ ਚਿੱਟੀ ਕਬੱਡੀ ਕਲੱਬ ਕੈਨੇਡਾ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਵੇ ਗੁਰੂ ਨਾਨਕ ਕਬੱਡੀ ਕਲੱਬ ਲੁੱਕਲਾਂ ਦੀ ਟੀਮ ਜਿਹੜੀ ਹੈ ਉਹ ਖੇਡ ਮੈਦਾਨ ਦੇ ਵਿੱਚ ਪੁੱਜੀ ਹੋਈ ਹੈ ਬਹੁਤ ਬਹੁਤ ਧੰਨਵਾਦ ਹਾਂਜੀ ਅਮਨਦੀਪ ਸਿੰਘ ਜੀ ਫਰਵਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋ ਬਹੁਤ ਬਹੁਤ ਧੰਨਵਾਦ ਚੌਧਰੀ ਸੰਤੋਖ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਗੁਰਦਾਸ ਜਗਵੀਰ ਸਿੰਘ ਜੀ ਦਰਾੜ ਸਾਹਿਬ ਸਾਡੇ ਧਰਮਪਾਲ ਜੀ ਕੰਦੋਲਾ ਸਾਹਿਬ ਤੀਰਥ ਸਿੰਘ ਜੀ ਪ੍ਰਧਾਨ ਸਾਹਿਬ ਸਿੰਧ ਕਮੇਟੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਪਹੁੰਚੇ ਹੋਏ ਸਾਡੇ ਹਲਕੇ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਜੀ ਤੇ ਮੇਰੇ ਬਹੁਤ ਹੀ ਸਤਿਕਾਰਤ ਸਾਬਕਾ MLA ਤੇ ਨਕੋਦਰ ਹਲਕੇ ਤੋਂ ਕਾਂਗਰਸ ਪਾਰਟੀ ਦੀ ਕਮਾਂਡ ਕਰ ਰਹੇ ਸਰਦਾਰ ਜਗਵੀਰ ਸਿੰਘ ਜੀ ਬਰਾੜ ਇਹਨਾਂ ਦੇ ਨਾਲ ਮੇਰੇ ਬਹੁਤ ਹੀ ਸਤਿਕਾਰਤ ਸਾਡੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਚੰਨ ਸਿੰਘ ਜੀ ਰਾਜੋਵਾਲ ਡਾਇਰੈਕਟਰ ਸਾਹਿਬ ਧਰਮਪਾਲ ਜੀ ਤੇ ਮੇਰੇ ਬਹੁਤ ਹੀ ਸਤਿਕਾਰਤ ਮੈਂਬਰ ਬਲਾਕ ਸੰਮਤੀ ਸਰਦਾਰ ਪਰਮਿੰਦਰ ਸਿੰਘ ਜੀ ਬਿਲਗਾ ਤੇ ਹੋਰ ਦਰਜਾ ਬਦਰਜਾ ਸਤਿਕਾਰਯੋਗ ਸ਼ਖਸੀਅਤਾਂ ਮੈਂ ਸਾਰਿਆਂ ਨੂੰ ਆਪਣੇ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਸਰਪੰਚ ਸਾਹਿਬਾਨ ਤੇ ਮੈਂਬਰ ਪੰਚਾਇਤ ਤੇ ਇਸ ਟੂਰਨਾਮੈਂਟ ਨੂੰ ਹਰੇਕ ਸਾਲ ਬੜੇ ਹੀ ਵਿਉਂਤਬੰਦ ਤਰੀਕੇ ਦੇ ਨਾਲ ਘਾਲਣਾ ਕਰਕੇ ਕਰਵਾ ਰਿਹਾ ਸਮੁੱਚਾ ਨਗਰ ਤੇ ਬਾਬਾ ਬਸਾਊ ਵੈਲਫੇਅਰ ਸੁਸਾਇਟੀ ਰਜਿਸਟਰਡ ਜਿਸਦੇ ਪ੍ਰਧਾਨ ਸਾਹਿਬ ਜਨਰਲ ਸਕੱਤਰ ਖਜ਼ਾਨਚੀ ਤੇ ਹੋਰ ਅਹੁਦੇਦਾਰ ਸਾਹਿਬਾਨ ਤੇ ਸਮੁੱਚੇ ਨਗਰ ਵੱਲੋਂ ਆਏ ਹੋਏ ਪਦਵੰਤਿਆਂ ਨੂੰ ਜੀ ਆਇਆਂ ਆਖਦਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਾਡੇ ਸਮੁੱਚੀ ਬਾਬਾ ਬਸਾਊ ਵੈਲਫੇਅਰ ਸੁਸਾਇਟੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਇਲਾਕੇ ਵੱਲੋਂ ਇੱਕ ਮੰਗ ਪੱਤਰ ਜਿਹੜਾ ਕਿ ਅਸੀਂ ਆਪਣੇ ਆਏ ਹੋਏ ਲੀਡਰ ਸਾਹਿਬਾਨਾਂ ਨੂੰ ਦੇਣਾ ਹੈ ਉਹਦਾ ਮੈਂ ਸੰਖੇਪ ਰੂਪ ਦੇ ਵਿੱਚ ਜ਼ਿਕਰ ਕਰਨ ਜਾ ਰਿਹਾ ਹੈ ਮੇਰਾ ਬਹੁਤ ਹੀ ਸਤਿਕਾਰਯੋਗ ਚੌਧਰੀ ਸੰਤੋਖ ਸਿੰਘ ਜੀ ਮੈਂਬਰ ਪਾਰਲੀਮੈਂਟ ਤੇ ਸਰਦਾਰ ਜਗਵੀਰ ਸਿੰਘ ਜੀ ਬਰਾੜ ਸਾਬਕਾ MLA ਸਾਹਿਬ ਜੋ ਮੰਚ ਦੇ ਉੱਪਰ ਬਿਰਾਜਮਾਨ ਨੇ ਮੈਂ ਉਹਨਾਂ ਦੇ ਅੱਗੇ ਮੰਗ ਰੱਖਣੀ ਚਾਹੁੰਦਾ ਹੈ ਕਿ ਜਿਹੜਾ ਸਟੇਡੀਅਮ ਜਿਹਦੇ ਵਿੱਚ ਇਹ ਟੂਰਨਾਮੈਂਟ ਚੱਲ ਰਿਹਾ ਹੈ ਇਹਦੇ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਜਾਵੇ ਦੂਜੀ ਸਾਡੀ ਮੰਗ ਹੈ ਕਿ ਸਾਡੇ ਪਿੰਡ ਦੇ ਵਿਕਾਸ ਲਈ ਗਲੀਆਂ ਨਾਲੀਆਂ
ਤੇ ਡੇਰਿਆਂ ਦੇ ਕੁਝ ਰਸਤੇ ਅਜੇ ਤੱਕ ਕੱਚੇ ਨੇ, ਜਿੱਥੇ ਰਹਿਸ਼ ਹੈ ਉਹਨਾਂ ਨੂੰ ਪੱਕਿਆਂ ਕਰਨ ਲਈ ਗ੍ਰਾਂਟ ਜਾਰੀ ਕੀਤੀ ਜਾਵੇ। ਤੇ ਤੀਜੀ ਸਾਡੀ ਮੰਗ ਹੈ, ਗਰਾਊਂਡ ਦੇ ਵਿੱਚ ਹਰੇਕ ਸਾਲ ਜਦੋਂ ਟੂਰਨਾਮੈਂਟ ਹੋ ਜਾਂਦਾ, ਲੇਟ ਹੋ ਜਾਂਦਾ ਟੂਰਨਾਮੈਂਟ ਦੇ ਮੈਚ, ਤੇ ਲਾਈਟ ਦੀ ਬਹੁਤ ਸਮੱਸਿਆ ਆਉਂਦੀ ਹੈ ਅੱਗੋਂ ਪਿੱਛੋਂ ਵੀ, ਜਦੋਂ ਸਾਡੇ ਪਿੰਡ ਦੇ ਨੌਜਵਾਨ ਇੱਥੇ ਖੇਡਦੇ ਨੇ। ਸੋ ਇਹ ਜ਼ਰੂਰੀ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਲਾਈਟਾਂ, ਤੇ ਜਿਸ ਸਟੇਜ ਦੇ ਉੱਤੇ ਅਸੀਂ ਬੈਠੇ ਹਾਂ ਇੱਥੇ ਆਰਜ਼ੀ ਤੌਰ 'ਤੇ ਚਾਨਣੀਆਂ ਲਾਉਣੀਆਂ ਪੈਂਦੀਆਂ, ਇਹਦੇ ਉੱਤੇ ਛੱਤ ਦਾ ਲਈ ਸਾਨੂੰ ਗ੍ਰਾਂਟ ਜਾਰੀ ਕੀਤੀ ਜਾਵੇ। ਅਗਲੀ ਜਿਹੜੀ ਸਾਡੀ ਮੰਗ ਹੈ, ਸਾਡੇ ਪਿੰਡ ਦਾ ਤੇ ਕੰਦੋਲਾ ਪਿੰਡ ਦਾ, ਫਰਵਾਲੇ ਕੰਦੋਲੇ ਦਾ ਸਾਂਝਾ ਸਕੂਲ ਹੈ, ਸਰਕਾਰੀ ਹਾਈ ਸਕੂਲ, ਉਹਦੇ ਵਿੱਚ ਟੀਚਰਾਂ ਦੀ ਬਹੁਤ ਕਮੀ ਹੈ। ਸਾਨੂੰ ਆਪਣੇ ਵੱਲੋਂ ਦੋਹਾਂ ਪਿੰਡਾਂ ਨੂੰ ਮਿਲ ਕੇ ਸਹਿਯੋਗ ਕਰਕੇ ਸਾਡੀਆਂ ਜਿਹੜੀਆਂ ਕਲੱਬਾਂ ਸੁਸਾਇਟੀਆਂ ਚੱਲਦੀਆਂ ਨੇ, ਗ੍ਰਾਮ ਪੰਚਾਇਤ ਹੈ, ਇਹਨਾਂ ਵੱਲੋਂ ਯਤਨ ਕਰਕੇ ਉੱਥੇ ਟੀਚਰ ਆਰਜ਼ੀ ਤੌਰ 'ਤੇ ਰੱਖ ਕੇ ਪੜ੍ਹਾਈ ਦਾ ਕੰਮ ਚਲਾਇਆ ਜਾ ਰਿਹਾ ਹੈ। ਮੈਂ ਬੇਨਤੀ ਕਰਦਾ ਹੈ ਕਿ ਸਾਡੀਆਂ ਜਿਹੜੀਆਂ ਟੀਚਰਾਂ ਦੀਆਂ ਅਸਾਮੀਆਂ ਨੇ ਉਹ ਸਕੂਲ ਦੇ ਵਿੱਚ ਪੂਰੀਆਂ ਕੀਤੀਆਂ ਜਾਣ। ਅਤੇ ਅਗਲੀ ਸਾਡੀ ਮੰਗ ਹੈ ਕਿ ਸਾਡੇ ਪਿੰਡ ਦੇ ਛੱਪੜ ਦੀ ਸਫਾਈ ਵਾਸਤੇ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਜਾਵੇ। ਅਤੇ ਉਸ ਤੋਂ ਉਪਰੰਤ ਮੈਂ ਚੌਧਰੀ ਸਾਹਿਬ ਤੁਹਾਡੇ ਨੋਟਸ 'ਚ ਲਿਆਉਣਾ ਚਾਹੁੰਦਾ ਇਸ ਗੱਲ ਨੂੰ, ਅਤੇ ਨਾਲ ਬਰਾੜ ਸਾਹਿਬ ਤੁਹਾਡੇ ਨੋਟਸ 'ਚ ਲਿਆਉਣਾ ਚਾਹੁੰਦਾ ਇਸ ਗੱਲ ਨੂੰ ਕਿ ਸਾਡੇ ਪਿੰਡ ਦਾ ਜਿਹੜਾ ਸਕੂਲ ਹੈ ਬਹੁਤ ਪੁਰਾਣਾ ਸਕੂਲ ਹੈ, ਜਿਨ੍ਹਾਂ ਵੇਲਿਆਂ ਦੇ ਵਿੱਚ ਵਿੱਦਿਆ ਦੀ ਕਿਤੇ ਗੱਲ ਵੀ ਨਹੀਂ ਸੀ ਚੱਲਦੀ, ਉਸ ਵੇਲੇ ਫਰਵਾਲੇ ਪਿੰਡ ਨੂੰ ਪੜ੍ਹੇ ਲਿਖੇ ਲੋਕਾਂ ਦਾ ਪਿੰਡ ਕਿਹਾ ਜਾਂਦਾ ਸੀ। 70% ਲੋਕ ਜਿਹੜੇ ਨੇ ਇਸ ਪਿੰਡ ਦੇ, ਉਹ ਵੱਖ ਵੱਖ ਅਹੁਦਿਆਂ ਦੇ ਉੱਤੇ ਸਮਾਜ ਦੀ ਸੇਵਾ ਕਰਦੇ ਰਹੇ ਨੇ, ਪਰ ਸਾਡਾ ਇਹ ਜਿਹੜਾ ਪਿੰਡ ਹੈ ਫਰਵਾਲਾ, ਇਹ ਫੋਕਲ ਪੁਆਇੰਟ ਦੇ ਵਿੱਚ ਆਉਂਦਾ ਹੈ। ਤੇ ਫੋਕਲ ਪੁਆਇੰਟ ਦੇ ਵਿੱਚ ਜਿਹੜਾ ਵੀ ਪੰਜਾਬ ਦਾ ਪਿੰਡ ਆਉਂਦਾ ਹੋਵੇ ਉਹਨੂੰ ਵਿਸ਼ੇਸ਼ ਸਹੂਲਤਾਂ ਮਿਲਦੀਆਂ ਹੈ। ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ, ਅਸੀਂ ਬੜੇ ਤਰਲਿਆਂ ਨਾਲ ਉਹਨੂੰ ਮਿਡਲ ਤੋਂ ਹਾਈ ਕਰਾਇਆ, ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਉਹਨੂੰ ਸੀਨੀਅਰ ਸੈਕੰਡਰੀ ਦਾ ਦਰਜਾ ਦੇ ਕੇ ਸਾਡੀ ਇਸ ਮੰਗ ਨੂੰ ਪੂਰਿਆਂ ਕੀਤਾ ਜਾਵੇ। ਤੇ ਅਗਲੀ ਜਿਹੜੀ ਸਾਡੀ ਮੰਗ ਹੈ ਉਹ ਹੈ ਸ਼ਮਸ਼ਾਨ ਘਾਟਾਂ ਦੀ ਚਾਰ ਦੀਵਾਰੀ ਵਾਸਤੇ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਜਾਵੇ। ਇਹ ਸਾਡੀਆਂ ਕੁਝ ਮੰਗਾਂ ਨੇ, ਮੈਨੂੰ ਉਮੀਦ ਨੇ, ਮੈਨੂੰ ਯਕੀਨ ਹੈ ਕਿ ਤੁਸੀਂ ਇਹਨਾਂ ਮੰਗਾਂ ਦੇ ਉੱਤੇ ਗੌਰ ਕਰਦੇ ਹੋਏ ਸਾਡੀਆਂ ਇਸ ਮੰਗਾਂ ਨੂੰ ਪੂਰੀਆਂ ਕਰੋਗੇ। ਤੇ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਜਦੋਂ ਤੱਕ ਦੋਵੇਂ ਟੀਮਾਂ ਕਤਾਰਬੰਦ ਹੁੰਦੀਆਂ ਨੇ ਉਨੇ ਚਿਰ ਤੱਕ ਬਾਬਾ ਵਸਾਊ ਵੈਲਫੇਅਰ ਸੁਸਾਇਟੀ ਤੇ ਸਮੁੱਚੀ ਗ੍ਰਾਮ ਪੰਚਾਇਤ, ਸਰਪੰਚ ਸਾਹਿਬ, ਮੈਂਬਰ ਪੰਚਾਇਤ, ਜਿਹੜੇ ਵੀ ਮੇਰੀ ਆਵਾਜ਼ ਨੂੰ ਸੁਣਦੇ ਹੋਣ, ਉਹ ਕਿਰਪਾ ਕਰਕੇ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਤਾਂ ਕਿ ਆਪਾਂ ਆਏ ਹੋਏ ਨੁਮਾਇੰਦਿਆਂ ਨੂੰ ਇਹ ਮੰਗ ਪੱਤਰ ਦੇ ਸਕੀਏ। ਮੇਰੀ ਫਿਰ ਵਿਸ਼ੇਸ਼ ਤੌਰ 'ਤੇ ਬੇਨਤੀ ਹੈ, ਬਾਬਾ ਵਸਾਊ ਵੈਲਫੇਅਰ ਸੁਸਾਇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ, ਜਨਰਲ ਸਕੱਤਰ ਸਾਹਿਬ ਹੈ, ਜਾਂ ਹੋਰ ਦਰਜਾ ਬਦਰਜਾ ਜਿਹੜੇ ਅਹੁਦੇਦਾਰ ਨੇ, ਤੇ ਗ੍ਰਾਮ ਪੰਚਾਇਤ ਦੇ ਸਰਪੰਚ ਸਾਹਿਬ, ਪੰਚ ਸਾਹਿਬ, ਜਿੰਨੇ ਵੀ ਇੱਥੇ ਅੱਜ ਦੇ ਟੂਰਨਾਮੈਂਟ ਦੇ ਵਿੱਚ ਮੌਜੂਦ ਨੇ, ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਤਾਂ ਕਿ ਚੌਧਰੀ ਸਾਹਿਬ ਨੂੰ ਤੇ ਬਰਾੜ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਸਕੇ। ਬਹੁਤ ਬਹੁਤ ਧੰਨਵਾਦ ਹੈ ਜੀ। ਸਤਿਕਾਰਯੋਗ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਜੀ, ਅਮਨਦੀਪ ਫਰਵਾਲਾ ਜੀ ਮੈਂਬਰ ਜ਼ਿਲ੍ਹਾ ਪਰਿਸ਼ਦ, ਚੇਅਰਮੈਨ ਰਾਜੋਵਾਲ ਸਾਹਿਬ, ਬਲਾਕ ਸਮਿਤੀ ਦੇ ਮੈਂਬਰ ਸਾਹਿਬਾਨ ਪੰਮਾ ਜੀ, ਪਾਲਾ ਕੰਦੋਲਾ ਜੀ, ਮੰਚ 'ਤੇ ਬਿਰਾਜਮਾਨ ਛਿੰਝ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਤੁਸੀਂ ਆਪਦਾ ਵਿਰਸਾ ਜਿਹੜਾ ਸੰਭਾਲ ਕੇ ਰੱਖਿਆ। ਮੈਂ ਖੇਡ ਦੇ ਦਰਮਿਆਨ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਲੰਮੇ ਭਾਸ਼ਣ ਦੇ ਵਿੱਚ ਟਾਈਮ ਜ਼ਿਆਦਾ ਲੱਗ ਜਾਏਗਾ, ਤੁਸੀਂ ਪਹਿਲਾਂ ਹੀ ਸਮੇਂ ਤੋਂ ਲੇਟ ਤੁਹਾਡੇ ਮੈਚ ਚੱਲ ਰਹੇ ਆ। ਅਮਨ ਜੀ, ਜਿਹੜੀਆਂ ਤੁਸੀਂ ਮੰਗਾਂ ਪੜ੍ਹ ਕੇ ਸੁਣਾਈਆਂ, ਪੰਜਾਬ ਦੇ ਮੋਹਰੀ ਲੀਡਰ ਚੌਧਰੀ ਸਾਹਿਬ, ਮੈਂ ਵੀ ਇਹਨਾਂ ਨਾਲ ਹੋਊਂਗਾ ਔਰ ਤੁਹਾਡੀਆਂ ਜਿੰਨੀਆਂ ਮੰਗਾਂ ਹੈਗੀਆਂ ਜਾਇਜ਼, ਇਹਨਾਂ ਨੂੰ ਪੂਰੀਆਂ ਜਿਹੜੀਆਂ ਹੈਗੀਆਂ ਅਸੀਂ ਕਰਾਂਗੇ, ਕਿਉਂਕਿ ਪੰਜਾਬ ਸਰਕਾਰ ਨੇ ਜਿਵੇਂ ਜਿਵੇਂ ਆਪਦੀ ਭੰਡਾਰੀ ਖੋਲ੍ਹਣੀ ਹੈ, ਭਾਵੇਂ ਉਹ ਸਕੂਲ ਅਪਗ੍ਰੇਡ ਕਰਨੇ ਹੈ, ਭਾਵੇਂ ਉਹ ਸਟੇਡੀਅਮ ਨੂੰ ਪੈਸੇ ਦੇਣੇ ਹੈ ਜਾਂ ਹੋਰ ਵੀ ਕੋਈ ਕੰਮ ਕਰਨੇ ਹੈ, ਜਦੋਂ ਫੰਡ ਜਾਰੀ ਹੋਣਗੇ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ
ਕਿ ਫਰਵਾਲੇ ਪਿੰਡ ਨੂੰ ਅਸੀਂ ਮੋਹਰੀ ਨੰਬਰ 'ਚ ਰੱਖਾਂਗੇ, ਇੱਕ ਨੰਬਰ 'ਚ ਰੱਖਾਂਗੇ, ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਅਸੀਂ। ਇੰਨਾ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਾ ਕਮੇਟੀ ਵਾਲਿਆਂ ਦਾ, ਸਾਰੇ ਜੋ ਤੁਸੀਂ ਪ੍ਰਬੰਧਕ ਹੋ, ਅਮਨ ਜੀ ਬੈਠੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਆਉਣ ਵਾਲੇ ਸਮੇਂ 'ਚ ਤੁਹਾਡੀ ਅਛਿੰਝ ਕਮੇਟੀ ਵਧੇ ਫੁੱਲੇ, ਵੱਧ ਤੋਂ ਵੱਧ ਟੀਮਾਂ ਇੱਥੇ ਆਉਣ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਆ ਸਰਦਾਰ ਜਗਵੀਰ ਸਿੰਘ ਜੀ ਬਰਾੜ ਦਾ। ਹੁਣ ਮੈਂ ਬੇਨਤੀ ਕਰਾਂਗਾ ਆਪਣੇ ਪਿੰਡ ਦੇ ਪਤਵੰਤਿਆਂ ਨੂੰ ਕਿ ਉਹ ਮੰਗ ਪੱਤਰ ਚੌਧਰੀ ਸਾਹਿਬ ਨੂੰ ਦੇਣ, ਉਸ ਤੋਂ ਬਾਅਦ ਉਹ ਇੱਕ ਮਿੰਟ ਲਈ ਇਹਨਾਂ ਮੰਗਾਂ ਦੇ ਉੱਤੇ ਵਿਚਾਰ ਸਾਂਝੇ ਕਰਨਗੇ। ਉਪਸਥਿਤ ਮੇਰੇ ਬਹੁਤ ਹੀ ਪਿਆਰੇ ਸਾਥੀਓ, ਮੰਚ 'ਤੇ ਸਾਡੇ ਬਹੁਤ ਹੀ ਬ੍ਰਿਸ਼ਟ ਲੀਡਰ ਸਾਬਕਾ MLA ਸਰਦਾਰ ਜਗਵੀਰ ਸਿੰਘ ਬਰਾੜ ਜੀ, ਅਮਨਦੀਪ ਸਿੰਘ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ, ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਰਾਜੋਵਾਲ ਜੀ, ਬਾਬਾ ਵਸਾਊ ਸੁਸਾਇਟੀ ਦੇ ਸਾਰੇ ਮੈਂਬਰ ਸੰਬੰਧ, ਪਿੰਡ ਦੀ ਪੰਚਾਇਤ ਦੇ ਸਾਰੇ ਸਾਥੀਓ, NRI ਵੀਰੋ, ਅੱਜ ਬੜੀ ਮੈਨੂੰ ਖੁਸ਼ੀ ਹੈ ਕਿ ਮੈਨੂੰ ਮੁੜ ਕੇ ਇੱਥੇ ਆਉਣ ਦਾ ਮੌਕਾ ਮਿਲਿਆ। ਪਿਛਲੇ ਤੋਂ ਪਿਛਲੇ ਸਾਲ ਇਸੇ ਸਿੰਝ ਮੇਲੇ 'ਚ ਮੈਂ ਆਇਆ ਸੀ ਔਰ ਪੰਜਾਬ ਦੀ ਇਹ ਸਰਮੌਰ ਖੇਡ ਜਿਹੜੀ ਕਬੱਡੀ ਹੈ, ਇਸ ਨੂੰ ਪ੍ਰਮੋਟ ਕਰਨ ਵਿੱਚ ਫਰਵਾਲਾ ਦੇ ਸਾਡੇ ਸਾਥੀ ਬਹੁਤ ਵੱਡਾ ਯੋਗਦਾਨ ਪਾ ਰਹੇ। ਔਰ ਇਹਨਾਂ ਦਿਨਾਂ 'ਚ ਇਸ ਤਰ੍ਹਾਂ ਲੱਗ ਰਿਹਾ ਕਿ ਸਿੰਝ ਮੇਲਿਆਂ ਦੀ ਝੜੀ ਲੱਗੀ ਹੈ। ਕੱਲ੍ਹ ਨੂਰ ਮਹਿਲ ਸੀ, ਕੰਦੋੜਾ ਪਹਿਲਾਂ ਹੋ ਚੁੱਕੀ ਹੈ, ਅੱਜ ਇੱਥੇ ਹੈ, ਕੱਲ੍ਹ ਨੂੰ ਰੂਪੋਵਾਲ ਹੈ, ਫਿਰ ਪਾਸਲੇ ਹੈ। ਰੋਜ਼ ਹੀ ਸਾਨੂੰ ਇਸ ਤਰ੍ਹਾਂ ਦੇ ਖੇਡ ਮੇਲਿਆਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਔਰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੀ ਜਿਹੜੀ ਜ਼ਰੂਰਤ ਹੈ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਆਪਣੀ ਸਿਹਤ ਪ੍ਰਤੀ ਕੌਨਸ਼ੀਅਸ ਹੋਵੇ ਔਰ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ, ਨਸ਼ਿਆਂ ਵਰਗੀਆਂ ਬਿਮਾਰੀਆਂ ਤੋਂ ਦੂਰ ਹੋ ਕੇ ਖੇਡਾਂ ਦੇ ਮੈਦਾਨ ਵਿੱਚ ਆਉਣ, ਤਾਂ ਕਿ ਜਿਹੜਾ ਸਾਡਾ ਭਵਿੱਖ ਹੈ, ਯੁਵਾ ਪੀੜ੍ਹੀ ਹੈ, ਉਹ ਅੱਗੇ ਵਧੇ ਔਰ ਪੰਜਾਬ ਦਾ ਜਿਹੜਾ ਫਿਊਚਰ ਹੈ, ਸਾਡੇ ਪ੍ਰਾਂਤ ਦਾ ਫਿਊਚਰ ਹੈ, ਉਹ ਅੱਛੇ ਤਰੀਕੇ ਨਾਲ ਅੱਗੇ ਵਧੇ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ। ਫਰਵਾਲਾ ਇੱਕ ਬਹੁਤ ਹੀ ਵੱਡਾ ਔਰ ਪੁਰਾਣਾ ਇਤਿਹਾਸਿਕ ਪਿੰਡ ਹੈ ਔਰ ਮੈਂ ਸਮਝਦਾ ਕਿ ਐਡੇ ਵੱਡਾ ਪਿੰਡ ਜਿਸ ਦਾ ਨਾਂ ਹੋਵੇ ਦੁਆਬੇ ਵਿੱਚ, ਉਸ ਦੀਆਂ ਜਿਹੜੀਆਂ ਜ਼ਰੂਰਤਾਂ, ਉਹ ਸਰਕਾਰਾਂ ਦਾ ਫਰਜ਼ ਹੈ ਕਿ ਉਹਨਾਂ ਨੂੰ ਅਸੀਂ ਪੂਰਾ ਕਰੀਏ। ਔਰ ਪਿਛਲੀ ਦਫ਼ਾ ਮੈਂ ਜਦੋਂ ਆਇਆ ਸੀ, ਤੁਸੀਂ ਮੈਨੂੰ ਹੁਕਮ ਕੀਤਾ ਸੀ 2 ਲੱਖ ਰੁਪਏ ਦਾ, ਉਹ ਮੈਂ MPLAD ਫੰਡ 'ਚੋਂ ਬਰਾੜ ਸਾਹਿਬ ਇਹਨਾਂ ਨੂੰ ਪਿੰਡ ਆ ਕੇ ਇਹਨਾਂ ਦਾ ਉਹ ਦੇ ਗਿਆ ਸੀ। ਔਰ ਅੱਜ ਵੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਰੱਖੀਆਂ। ਸਟੇਡੀਅਮ ਬੜਾ ਅੱਛਾ ਬਣਿਆ, ਖੁੱਲ੍ਹੀ ਜਗ੍ਹਾ ਹੈ, ਇਸ ਨੂੰ ਡਿਵੈਲਪ ਕਰਨ ਦੀ ਜ਼ਰੂਰਤ ਹੈ ਹੋਰ, ਇਸ ਵਿੱਚ ਮੈਂ ਸਮਝਦਾ ਕਿ ਇਸ ਦੀ ਜ਼ਰੂਰਤ ਹੈ। ਔਰ ਜਿਹੜਾ ਸਰਕਾਰੀ ਸਕੂਲ ਹੈ, ਕਿਉਂਕਿ ਐਜੂਕੇਸ਼ਨ ਸਾਡਾ ਭਵਿੱਖ ਹੈ ਔਰ ਦੋਵਾਂ ਪਿੰਡਾਂ ਦਾ ਜਿਹੜਾ ਸਕੂਲ ਹੈ ਇਸ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਜ਼ਰੂਰ ਸਕੂਲ ਬਣਾਉਣਾ ਵੀ ਜ਼ਰੂਰੀ ਹੈ। 10 ਸਾਲ ਦੂਜੀ ਸਰਕਾਰ ਰਹੀ, ਜਦੋਂ ਅਸੀਂ 2002 'ਚ, ਉਸ ਤੋਂ ਪਹਿਲਾਂ 92 'ਚ ਬਹੁਤ ਸਾਰੇ ਸਕੂਲ ਅਪਗ੍ਰੇਡ ਕੀਤੇ ਸੀ, ਲੇਕਿਨ ਜਿੰਨੀ ਦੇਰ ਅਸੀਂ ਬਾਹਰ ਰਹੇ ਉਨੀ ਦੇਰ ਕੋਈ ਸਕੂਲ ਅਪਗ੍ਰੇਡ ਨਹੀਂ ਹੋਇਆ, ਕੋਈ ਟੀਚਰ ਭਰਤੀ ਨਹੀਂ ਹੋਇਆ। ਸੋ ਹੁਣ ਇੱਕ ਬਹੁਤ ਵੱਡੀ ਪੋਲਿਸੀ, ਜਿਹੜੀ ਐਜੂਕੇਸ਼ਨ ਪੋਲਿਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਲੀਕ ਰਹੀ ਹੈ, ਉਸ ਦੇ ਤਹਿਤ ਬਹੁਤ ਜਲਦ ਅਸੀਂ ਲੋੜੀਂਦੇ ਜਿਹੜੇ ਸਕੂਲ ਹੈ ਉਹਨਾਂ ਨੂੰ ਅਪਗ੍ਰੇਡ ਕਰਾਂਗੇ ਔਰ ਉਹਦੇ ਵਿੱਚ ਅਸੀਂ ਪ੍ਰਾਇਓਰਟੀ 'ਚ ਤੁਹਾਡਾ ਜਿਹੜਾ ਸਕੂਲ ਹੈ ਬਰਾੜ ਸਾਹਿਬ ਔਰ ਮੈਂ ਦੋਨੋਂ ਰਲ ਕੇ ਇਸ ਨੂੰ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਅਸੀਂ ਅਪਗ੍ਰੇਡ ਕਰਾਈਏ। ਕੁਛ ਇੱਕ ਜਿਹੜੀਆਂ ਮੰਗਾਂ, ਜਿਸ ਤਰ੍ਹਾਂ ਛੱਪੜ ਦੀ ਸਫਾਈ ਹੈ, ਹੈਂਜੀ, ਲਾਈਟਾਂ ਦੀ ਹੈ, ਦੂਸਰੀਆਂ ਗੜੀਆਂ ਨਾਲੀਆਂ ਦੀ, ਸ਼ਮਸ਼ਾਨ ਘੱਟ, ਅਸੀਂ ਥੋੜ੍ਹੇ ਦਿਨਾਂ 'ਚ ਮੈਂ ਤਾਂ ਬਰਾੜ ਸਾਹਿਬ ਜਿਹੜਾ ਦਿਹਾਤੀ ਵਿਕਾਸ ਵਾਲੀ ਉਸਦੀ ਮੀਟਿੰਗ ਲੈਣ ਜਾ ਰਹੇ ਹਾਂ, ਉਹਦੇ ਵਿੱਚ ਅਸੀਂ BDO ਨੂੰ ਸੱਦਾਂਗੇ, ਸਾਰੇ ਸੱਦਾਂਗੇ। ਔਰ ਆਹ ਜਿਹੜਾ ਇਲੈਕਸ਼ਨ ਹੋ ਰਿਹਾ ਗੁਰਦਾਸਪੁਰ, ਉਸ ਕਰਕੇ ਜਿਹੜੀ ਬਣੀ ਸੀ ਵੀ ਗ੍ਰਾਂਟਾਂ ਰਿਲੀਜ਼ ਹੋਣੀਆਂ, ਉਸ ਕਰਕੇ ਕੋਡ ਕਰਕੇ ਉਹ ਰੁਕੀਆਂ ਔਰ ਬਹੁਤ ਜਲਦੀ ਅਸੀਂ ਰੂਰਲ ਡਿਵੈਲਪਮੈਂਟ ਫੰਡ ਔਰ ਭਾਰਤ ਸਰਕਾਰ ਕੋਲ ਜਿਹੜੇ ਵਿੱਤ ਕਮਿਸ਼ਨ ਦਾ ਪੈਸਾ ਉਹ ਲੈ ਕੇ ਅਸੀਂ ਆਵਾਂਗੇ।
ਔਰ ਉਸ ਦੇ ਤਹਿਤ ਅਸੀਂ ਪ੍ਰਾਇਓਰਟੀਆਂ ਬਣਾ ਕੇ ਤੁਹਾਡੇ ਇਹ ਜਿਹੜੇ ਪਿੰਡ ਹੈ ਇਸ ਦੀਆਂ ਜਿਹੜੀਆਂ ਆਹ ਜਿਹੜੀਆਂ ਜ਼ਰੂਰਤਾਂ ਇਹ ਅਸੀਂ ਪੂਰੀਆਂ ਕਰਾਂਗੇ। ਇਹ ਤਾਂ ਸਾਰੀ ਪੰਜਾਬ, ਕਿਉਂਕਿ ਬਹੁਤ ਸਾਰੀਆਂ ਮੰਗਾਂ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਹੋਣੀਆਂ। MP ਦਾ ਖਜ਼ਾਨਾ ਥੋੜ੍ਹਾ ਆਉਂਦਾ, ਜਿੱਦਾਂ ਪਿਛਲੀ ਵਾਰੀ ਦੇ ਗਿਆ ਸੀ ਉਨੇ ਪੈਸੇ ਮੈਂ ਇਸ ਵਾਰ ਚਲੋ 3 ਲੱਖ ਰੁਪਈਏ ਦਾ ਜਿਹੜਾ ਵੀ ਪ੍ਰੋਜੈਕਟ, ਚਾਹੇ ਉਹ ਲਾਈਟਾਂ ਲਵਾਉਣੀਆਂ, ਜਿਹੜੀ ਵੀ ਚੀਜ਼ ਹੋਣੀ, ਉਸ ਦਾ ਤੁਸੀਂ ਮਤਾ ਪਾ ਕੇ ਦਿਓ। ਅਗਲੀ ਜਿਹੜੀ ਕਿਸ਼ਤ ਹੈ ਉਹ ਅਸੀਂ ਉਸ ਦੇ ਵਿੱਚ ਤੁਹਾਡਾ ਪਾ ਦਾਂਗੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਤੁਹਾਡਾ ਧੰਨਵਾਦ ਵੀ ਕਰਦਾ ਔਰ ਤੁਹਾਨੂੰ ਮੁਬਾਰਕਬਾਦ ਵੀ ਦਿੰਦਾ ਕਿ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਖੇਡ ਮੇਲੇ ਉਸਨੂੰ ਔਰਗਨਾਈਜ਼ ਕਰਦੇ ਹੋ। ਧੰਨਵਾਦ। ਚਾਹੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਚੌਧਰੀ ਸੰਤੋਖ ਸਿੰਘ ਜੀ, ਮੈਂਬਰ ਪਾਰਲੀਮੈਂਟ, ਜਿਨ੍ਹਾਂ ਨੇ ਸਾਡੇ ਪਿੰਡ ਲਈ 3 ਲੱਖ ਰੁਪਈਏ ਦਾ ਐਲਾਨ ਕੀਤਾ। ਅੱਗੇ ਵੀ ਇਹਨਾਂ ਨੇ 2 ਲੱਖ ਦਾ ਐਲਾਨ ਕੀਤਾ ਸੀ, ਸੋ ਇਹ ਵੀ 3 ਲੱਖ ਰੁਪਈਆ ਛੇਤੀ ਸਾਡੇ ਪਿੰਡ ਨੂੰ ਮਿਲੇਗਾ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਸਰਦਾਰ ਜਗਵੀਰ ਸਿੰਘ ਜੀ ਬਰਾੜ, ਸਾਬਕਾ MLA ਸਾਹਿਬ, ਉਹਨਾਂ ਦਾ ਵੀ, ਸੋ ਜਿਨ੍ਹਾਂ ਨੇ ਉਚੇਚਾ ਸਮਾਂ ਕੱਢਿਆ।